ਪਰਿਵਾਰਾਂ ਦੇ ਫੋਨ ਆਏ ਆ ਤਰਾਜ ਮੰਨਦੇ ਪਏ ਆ ਪਰਿਵਾਰਾਂ ਦੇ ਫੋਨ ਪਰਿਵਾਰਾਂ ਨੂੰ ਕਿੰਨਾਂ ਨੂੰ ਕਿੰਨਾਂ ਤੋਂ ਪਤਾ ਲੱਗਿਆ ਪਰਿਵਾਰਾਂ ਨੂੰ ਕੱਲੇ ਨੂੰ ਪੁੱਛ ਲਓ ਲਾ ਕੇ ਨਾ ਕੋਈ ਦਿੱਕਤ ਨਹੀਂ ਪੁੱਛ ਲਓ ਹਾਂ ਨਹੀਂ ਕਰ ਹੀ ਰਹੇ ਹਾਂ ਉਹੀ ਤਾਂ ਹੀ ਕੱਲੇ ਕੱਲੇ ਤੋਂ ਹੀ ਬਾਈ ਕੱਲੇ ਕੱਲੇ ਤੋਂ ਹੀ ਪੁੱਛ ਰਹੇ ਆ ਵੀ ਕੀ ਚੱਕਰ ਹੈ ਹਾਂ ਜੇ ਦੇਖੋ ਤੁਸੀਂ ਸਹੀ ਹੋ ਕੋਈ ਚੱਕਰ ਨਹੀਂ ਤਾਂ ਸਾਰਿਆਂ ਸਾਹਮਣੇ ਗੱਲ ਤਾਂ ਜਾਵੇ ਨਾ ਕਮ ਸੇ ਕਮ ਸਤਿ ਸ਼੍ਰੀ ਅਕਾਲ ਆਰ ਐਮ ਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਗਰੇਵਾਲ ਬੜੀ ਖਾਸ ਗੱਲ ਇਹ ਹੈ ਕਿ ਅੱਜ ਅਸੀਂ ਨਸ਼ਾ ਛੜਾਊ ਕੇਂਦਰ ਦੇ ਵਿੱਚ ਹਾਂ ਪਿਛਲੇ ਦਿਨੀ ਇੱਕ ਵੀਡੀਓ ਆਉਂਦੀ ਆ ਵੀਡੀਓ ਜਿਹੜੀ ਆ ਉਹ ਵਾਇਰਲ ਹੁੰਦੀ ਆ ਉਹਦੇ ਵਿੱਚ ਪਰ ਥੱਲੇ ਕਮੈਂਟ ਜਿਹੜੇ ਆ ਉਹ ਬੜੇ ਆਉਂਦੇ ਆ ਕਿ ਨਸ਼ਾ ਛੜਾਊ ਕੇਂਦਰਾਂ ਦੇ ਵਿੱਚ ਜਿਹੜੀ ਆ ਤਸ਼ੱਦਦ ਕੀਤਾ ਜਾਂਦਾ ਜਿਹੜੇ ਨੌਜਵਾਨ ਇੱਥੇ ਹੁੰਦੇ ਆ ਐਡਮਿਟ ਹੁੰਦੇ ਆ ਉਹਨਾਂ ਦੇ ਨਾਲ ਤਸ਼ੱਦਦ ਕੀਤਾ ਜਾਂਦਾ ਅੱਜ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾਵਾਂਗੇ ਕਿ ਵਾਕਿਆ ਦੇ ਵਿੱਚ ਅਸਲੀਅਤ ਕੀ ਆ ਅਸਲ ਗੱਲਾਂ ਕੀ ਨੇ ਅਸਲ ਗੱਲਾਂ ਕੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੁਸੀਂ ਉਹਨਾਂ ਨੂੰ ਬਾਈ ਜੀ ਅੱਛਾ ਬਾਈ ਜੀ ਹੋਰੇ ਓਨਰ ਨੇ ਬਾਈ ਜੀ ਹੋਰਿਆਂ ਨੂੰ ਬਾਹਰ ਹੀ ਰੱਖਿਆ ਬਾਈ ਬਾਹਰ ਹੀ ਰਹੋ ਤੁਸੀਂ ਠੀਕ ਹੈ ਜੀ ਸੋ ਅੰਦਰ ਜਾ ਰਹੇ ਹਾਂ ਇੱਥੇ ਤੁਹਾਡੇ ਸਾਰੇ ਬਾਈ ਜੀ ਓਕੇ ਇੱਥੇ ਹੋ ਜਾਓ ਬਾਈ ਜੀ ਸੋ ਤੁਸੀਂ ਦੇਖ ਸਕਦੇ ਹੋ ਐਂਟਰੀ ਜਿਹੜੀ ਆ ਅਸੀਂ ਇਸ ਵਕਤ ਐਂਟਰੀ ਜਿਹੜੀ ਆ ਉਹ ਕਰ ਚੁੱਕੇ ਹਾਂ ਲੋਕ ਦੇ ਵਿੱਚ ਇੱਥੇ ਜਿਹੜੇ ਆ ਨੌਜਵਾਨਾਂ ਨੂੰ ਇਸ ਜਗ੍ਹਾ 'ਤੇ ਉੱਪਰ ਜਿਹੜਾ ਰੱਖਿਆ ਜਾਂਦਾ ਕਿਚਨ ਦੇਖ ਸਕਦੇ ਹੋ ਇੱਥੇ ਜਿਹੜਾ ਇਹਨਾਂ ਦੇ ਲਈ ਖਾਣਾ ਜਿਹੜਾ ਤਿਆਰ ਕੀਤਾ ਜਾਂਦਾ ਖਾਣਾ ਬਣਾਇਆ ਜਾਂਦਾ ਇਸ ਕਿਚਨ ਦੇ ਵਿੱਚ ਜਿਹੜਾ ਬਣਾਇਆ ਜਾਂਦਾ ਖਾਸ ਗੱਲ ਇਹ ਸੀ ਕਿ ਕਿਉਂ ਅਸੀਂ ਅੱਜ ਆਏ ਹਾਂ ਇੱਥੇ ਜਿਹੜੀ ਆ ਬਿਨਾਂ ਦੱਸੇ ਕਿਉਂਕਿ ਜੇਕਰ ਗੱਲ ਕਰੀਏ ਤਾਂ ਇਹ ਆਖਿਆ ਜਾਂਦਾ ਕਿ ਨੌਜਵਾਨਾਂ ਦੇ ਨਾਲ ਇੱਥੇ ਤਸ਼ੱਦਦ ਕੀਤਾ ਜਾਂਦਾ ਆ ਨਸ਼ਾ ਛੜਾਊ ਕੇਂਦਰਾਂ ਦੇ ਵਿੱਚ ਵੱਖੋ ਵੱਖ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਸਾਡਾ ਮਕਸਦ ਇਹੀ ਸੀ ਕਿ ਇਹਨਾਂ ਦੇ ਨਾਲ ਆ ਕੇ ਗੱਲਬਾਤ ਕੀਤੀ ਜਾਵੇ ਪੁੱਛਿਆ ਜਾਵੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕਿੱਥੋਂ ਤੁਸੀਂ ਮੈਂ ਸਰ ਪਾਣੀਪਤ ਸੇ ਪਾਣੀਪਤ ਹਰਿਆਣਾ ਹਾਂਜੀ ਕਿੰਨਾ ਟਾਈਮ ਹੋ ਗਿਆ ਇੱਥੇ ਸਰ ਯਹਾਂ ਮੈਂ ਕਾਉਂਸਲਿੰਗ ਕਰਤਾ ਹੂੰ ਬੱਚੋ ਕੇ ਸਾਥ ਜੋ ਕਲਾਸਿਸ ਜਾ ਮਾਰ ਰਹੇ ਹਾਂ ਟੀਚਰ ਹਾਂਜੀ ਇਹ ਟੀਚਰ ਨੇ ਚਿੱਟਾ ਪਿੰਦਾ ਹੀ ਗਈ ਹੁਣ ਕੀ ਹਾਲਾਤ ਠੀਕ ਹੈ ਜੀ ਅੱਜ ਦੇ ਦਿਨ ਠੀਕ ਹੈ ਜੀ ਹੁਣ ਛੱਡਤਾ ਜਾਂ ਹੈਗਾ ਹਜੇ ਵੀ ਥੋੜਾ ਬਹੁਤ ਕਰਦੇ ਹੋ ਨਹੀਂ ਨਹੀਂ ਮਤਲਬ ਹੁਣ ਤਾਂ ਇੱਥੇ 5-6 ਮਹੀਨੇ ਹੋ ਗਏ ਜੀ ਮੈਂ ਲਾ ਚ ਹਾਂ ਹੁਣ ਤਾਂ ਤਕਰੀਬਨ ਛੱਡਿਆ ਇੱਥੇ ਹੀ ਹੈ ਜੀ ਅੰਦਰ ਹੀ ਸੈਂਟਰ 'ਚ ਇੱਥੇ ਜਦੋਂ ਆਏ ਇੱਥੇ ਥੋੜ੍ਹਾ ਬਹੁਤ ਦਿੰਦੇ ਆ ਨਹੀਂ ਜੀ ਇੱਦਾਂ ਦਾ ਕੁਛ ਨਹੀਂ ਮਤਲਬ ਇੱਥੇ ਮਿਲਦਾ ਨਹੀਂਗਾ ਇੱਦਾਂ ਦਾ ਕੁਛ ਨਹੀਂ ਮਤਲਬ ਇੱਥੇ ਕਲਾਸਾਂ ਲੱਗਦੀਆਂ ਕਾਉਂਸਲਿੰਗ ਹੁੰਦੀ ਆ ਆਪਣਾ ਮਤਲਬ ਜੋ ਪੁਰਾਣਾ ਟਾਈਮ ਦੇ ਵਿੱਚ ਆਪਾਂ ਰਹਿ ਚੁੱਕੇ ਹਾਂ ਉਹ ਵਾਸ਼ ਕਰਦੇ ਮਤਲਬ ਬ੍ਰੇਨ ਵਾਸ਼ ਹੁੰਦਾ ਵਾ ਜੋ ਪੁਰਾਣੀਆਂ ਚੀਜ਼ਾਂ ਆਪਾਂ ਭੁੱਲ ਸਕਦੇ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ ਜੀ ਨਸ਼ਾ ਇੱਕ ਸਰੀਰਕ ਬਿਮਾਰੀ ਨਹੀਂ ਮਾਨਸਿਕ ਬਿਮਾਰੀ ਹੈ ਜੀ ਜੋ ਆਪਾਂ ਨੂੰ ਮਤਲਬ ਦੁਬਾਰਾ ਰਿਪੀਟ ਹੁੰਦੀ ਆ ਕਿ ਇੱਦਾਂ ਦਾ ਉਹ ਚੀਜ਼ ਬਾਰੇ ਆਪਾਂ ਨੂੰ ਸਮਝਾਇਆ ਜਾਂਦਾ ਜੀ ਇੱਥੇ ਕਲਾਸਾਂ ਲੱਗਦੀਆਂ ਕਾਉਂਸਲਿੰਗ ਹੁੰਦੀ ਵਧੀਆ ਤਰੀਕੇ ਨਾਲ ਸਮਝਾਇਆ ਜਾਂਦਾ ਜੀ ਨਸ਼ਾ ਵਗੈਰਾ ਇੱਦਾਂ ਦਾ ਇਹ ਕੁਛ ਨਹੀਂ ਮਿਲਦਾ ਜੀ ਜਿੱਦਾਂ ਕਹਿ ਦਿੰਦੇ ਜੇ ਤੁਸੀਂ ਸਵਾਲ ਕਰ ਰਹੇ ਸੀ ਕਿ ਸੈਂਟਰਾਂ ਦੇ ਵਿੱਚ ਨਸ਼ਾ ਮਿਲਦਾ ਜੀ ਇੱਦਾਂ ਦਾ ਕੁਛ ਨਹੀਂ ਜੀ ਮਤਲਬ ਜਦੋਂ ਕੋਈ ਮੈਂਬਰ ਨਵਾਂ ਆਉਂਦਾ ਵਾ ਥੋੜ੍ਹੀ ਬਹੁਤੀ ਦਿੱਕਤ ਹੁੰਦੀ ਕੋਈ ਲੱਤਾਂ ਦਰਦ ਦੀ ਸਿਰ ਦਰਦ ਦੀ ਜੀ ਉਹ 1-2 ਦਿਨ ਮੈਡੀਸਨ ਮਿਲਦੀ ਆ ਜੀ ਹੋਰ ਇੱਦਾਂ ਦਾ ਜਾਂ ਕੁੱਟਮਾਰ ਵਾਲਾ ਤੁਸੀਂ ਪੁੱਛ ਰਹੇ ਸੀਗੇ ਇੱਦਾਂ ਦਾ ਕੁਛ ਨਹੀਂ ਗਾ ਜੀ ਬਿਲਕੁਲ ਵਧੀਆ ਪਿਆਰ ਪ੍ਰੇਮ ਨਾਲ ਰੱਖਿਆ ਜਾਂਦਾ ਮੈਡੀਸਨ ਕਿਸ ਚੀਜ਼ ਦੀ ਮਿਲਦੀ ਹੈ ਮੈਡੀਸਨ ਜਿਵੇਂ ਲੱਤਾਂ ਬਾਹਾਂ ਦਰਦ ਹੁੰਦੀਆਂ ਜੀ ਉਸ ਚੀਜ਼ ਦੀ ਮਿਲਦੀ ਹੈ ਜੀ ਬਸ ਹਾਂਜੀ ਕੋਈ ਨਸ਼ੇ ਵਾਲੀ ਮੈਡੀਸਨ ਨਹੀਂ ਹੁੰਦੀ ਜੀ ਨਾ ਕੋਈ ਕੁੱਟਮਾਰ ਆ ਜੀ ਬਾਕੀ ਸਭ ਕੁਝ ਖਾਣਾ ਪੀਣਾ ਸਭ ਕੁਝ ਵਧੀਆ ਹੁੰਦਾ ਜੀ ਖਾਣਾ ਕੌਣ ਬਣਾਉਂਦਾ ਖਾਣਾ ਬਾਹਰ ਹੀ ਬਣਾਉਂਦੇ ਆ ਜੀ ਇੱਥੇ ਹਾਂਜੀ ਕਿੰਨੇ ਸਮੇਂ ਤੋਂ ਤੁਹਾਡੇ ਨਾਲ ਨੇ ਸਾਥੀ ਜਿਹੜੇ ਨੇ ਸਾਥੀ ਮੇਰੇ ਨਾਲ ਜੀ ਕੁਛ ਤਾਂ ਨਵੇਂ ਆ ਜੀ ਕੁਛ ਪੁਰਾਣੇ ਆ ਮਤਲਬ ਮੈਂਬਰ ਵਿੱਚ ਇਦਾਂ ਹੁੰਦਾ ਕੋਈ ਆ ਜਾਂਦਾ ਕੋਈ ਜਾਂਦਾ ਰਹਿੰਦਾ ਤੁਹਾਨੂੰ ਜੋ ਤੁਸੀਂ ਛੱਡ ਚੁੱਕੇ ਫਿਰ ਅਜੇ ਪਿੰਡ ਕਿਉਂ ਨਹੀਂ ਗਏ ਇਹਦਾ ਟ੍ਰੀਟਮੈਂਟ ਦਾ ਟਾਈਮਿੰਗ ਹੁੰਦਾ ਜੀ ਮਤਲਬ ਇਹਦਾ ਅੱਛਾ ਹਾਂਜੀ ਹਾਂਜੀ ਟ੍ਰੀਟਮੈਂਟ ਕਿਸ ਤਰ੍ਹਾਂ ਦਾ ਕਿਉਂਕਿ ਜੋ ਤੁਸੀਂ ਕਿਹਾ ਮੈਡੀਸਨ ਤਾਂ ਕੋਈ ਇੱਦਾਂ ਦੀ ਮੈਡੀਸਨ ਤਾਂ ਕੋਈ ਦਿੰਦੇ ਨਹੀਂ ਫਿਰ ਟ੍ਰੀਟਮੈਂਟ ਕਿਸ ਚੀਜ਼ ਦਾ ਟ੍ਰੀਟਮੈਂਟ ਦਾ ਇਹ ਹੀ ਕਲਾਸਾਂ 'ਚ ਸਮਝਾਇਆ ਜਾਂਦਾ ਜੀ ਇੱਕ ਲੰਮਾ ਜਿਹੜਾ ਬੰਦਾ ਨਸ਼ਾ ਕਰਦਾ ਵਾ ਉਹਨੂੰ ਉਹਦੀ ਕਾਉਂਸਲਿੰਗ ਦੀ ਕੋਈ ਲੰਮਾ ਟਾਈਮ ਚਾਹੀਦਾ ਜੀ ਉਹਨੂੰ ਮਤਲਬ ਕਿ ਉਹਦਾ ਬ੍ਰੇਨ ਵਾਸ਼ ਹੋਵੇ ਜੋ ਪੁਰਾਣੀਆਂ ਗੱਲਾਂ ਭੁੱਲ ਚੁੱਕੇ ਬੰਦਾ ਨਵੀਂ ਜ਼ਿੰਦਗੀ ਸ਼ੁਰੂ ਕਰ ਸਕੇ ਕੋਈ ਵੀ ਚੀਜ਼ ਆ ਜੀ ਇੱਥੇ ਮਤਲਬ ਉਸ ਚੀਜ਼ ਦੀ ਪ੍ਰੈਕਟਿਸ ਕਰਵਾਈ ਜਾਂਦੀ ਕਿ ਬਾਹਰ ਆਪਾਂ ਹਾਲਾਤਾਂ ਪ੍ਰਸਥਿਤੀਆਂ ਨਾਲ ਕਿੱਦਾਂ ਸਵੀਕਾਰ ਕਰਨਾ ਆਪਣੇ ਹਾਲਾਤਾਂ ਨਾਲ ਉਹ ਚੀਜ਼ ਸਮਝਾਈ ਜਾਂਦੀ ਉਸ ਚੀਜ਼ ਨੂੰ ਇੱਕ ਦਿਨ ਤਾਂ ਹੁਣ ਤੁਸੀਂ ਵੀ ਸਿਆਣੇ ਹੋ ਇੱਕ ਦਿਨ 'ਚ ਤਾਂ ਆਪਾਂ ਨਹੀਂ ਸਮਝ ਸਕਦੇ ਕੋਈ ਟਾਈਮਿੰਗ ਹੁੰਦੀ ਹੈ ਜੀ ਇਸ ਚੀਜ਼ ਬਾਰੇ ਹੌਲੀ ਹੌਲੀ ਕਰਦੇ ਕਰਦੇ ਬੰਦਾ ਪ੍ਰੈਕਟਿਸ ਕਰਦੇ ਕਰਦੇ ਬੰਦਾ ਪਰਫੈਕਟ ਹੋ ਜਾਂਦਾ ਜੀ ਉਹ ਚੀਜ਼ ਸਮਝਾਈ ਜਾਂਦੀ ਮਤਲਬ ਕਾਉਂਸਲਿੰਗ ਹੁੰਦੀ ਹੈ ਜੀ ਮੇਨ ਕੰਮ ਕਾਉਂਸਲਿੰਗ ਦਾ ਜੀ ਕੋਈ ਹੋਰ ਇੱਦਾਂ ਨਸ਼ੇ ਵਾਲੀ ਮੈਡੀਸਨ ਕੁਛ ਉਹ ਇੱਦਾਂ ਦਾ ਕੁਛ ਵੀ ਨਹੀਂ ਮਿਲਦਾ ਜੀ ਨਾ ਕੋਈ ਕੁੱਟਮਾਰ ਆ ਜੀ ਵਧੀਆ ਪ੍ਰੇਮ ਪਿਆਰ ਨਾਲ ਰੱਖਿਆ ਜਾਂਦਾ ਜੀ
ਕਾਉਂਸਲਿੰਗ ਹੁੰਦੀ ਕਲਾਸਾਂ ਲੱਗਦੀਆਂ ਜੀ। ਜੇ ਕੋਈ ਇਦਾਂ ਦੀ ਗੱਲਬਾਤ ਹੈ ਤਾਂ ਤੁਸੀਂ ਅੱਜ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਕਿਉਂਕਿ ਗੱਲ ਪਤਾ ਕੀ ਹੈ, ਪਿਛਲੇ ਦਿਨੀ ਇੱਕ ਵੀਡੀਓ ਜਾਂਦੀ ਹੈ, ਉਸ ਤੋਂ ਬਾਅਦ ਲੋਕਾਂ ਦੇ ਇਹ ਕਮੈਂਟ ਆਏ ਨੇ ਕਿ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਿਹੜਾ ਗਾ ਤਸ਼ੱਦਦ ਕੀਤਾ ਜਾਂਦਾ, ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਿਹੜਾ ਕੰਮ ਕਰਵਾਇਆ ਜਾਂਦਾ ਗਾ, ਤਾਂ ਕਰਕੇ ਅਸੀਂ ਬਿਨਾਂ ਦੱਸੇ ਅੱਜ ਸਿੱਧਾ ਆ ਕੇ ਇਸ ਨਸ਼ਾ ਛਡਾਊ ਕੇਂਦਰ ਦੇ ਉੱਪਰ ਛਾਪਾ ਮਾਰਿਆ। ਨਹੀਂ ਜੀ, ਇੱਦਾਂ ਦੀ ਗੱਲ ਕੋਈ ਨਹੀਂ, ਕੋਈ ਕੁੱਟ ਮਾਰ ਨਹੀਂ ਜੀ। ਇੱਥੇ ਮੈਨੂੰ ਤੁਹਾਨੂੰ ਦੱਸ ਚੁੱਕਿਆ ਮੈਂ 5 ਮਹੀਨਿਆਂ ਤੋਂ ਉੱਪਰ ਟਾਈਮ ਹੋ ਚੱਲਿਆ, 6 ਮਹੀਨੇ ਤੋਂ ਨੀਚੇ ਜੀ, ਇੱਦਾਂ ਦਾ ਕੋਈ ਨਹੀਂ ਗਾ। ਮਤਲਬ ਅੱਜ ਦੇ ਟਾਈਮ 'ਚ ਮੈਂ ਜਿੰਨਾ ਟਾਈਮ ਮੈਂ ਆਪਦਾ ਸਪੈਂਡ ਕੀਤਾ ਇੱਥੇ, ਕੋਈ ਕੁੱਟ ਮਾਰ ਨਹੀਂ, ਕੋਈ ਇੱਦਾਂ ਦਾ ਕੰਮ ਕਾਰ ਵਾਲਾ ਸਿਸਟਮ ਨਹੀਂ ਹੈਗਾ ਜੀ। ਬਿਲਕੁਲ ਕੰਮ ਵੀ ਕਰਵਾਉਂਦੇ ਆ? ਕੰਮ ਨਹੀਂ ਜੀ, ਕੰਮ ਜੋ ਆਪਦਾ ਤੁਹਾਨੂੰ ਪਤਾ ਇਹ ਆਪਣਾ ਘਰ ਹੀ ਹੈ ਜਿੱਥੇ ਆਪਾਂ ਰਹਿ ਰਹੇ ਹਾਂ, ਜੋ ਆਪਣਾ ਰੂਟੀਨ ਦਾ ਹੁੰਦਾ ਜੀ, ਆਪਦਾ ਨਹਾਉਣਾ ਧੋਣਾ ਜਾਂ ਆਪਦਾ ਮਾੜਾ ਮੋਟਾ ਸਾਫ਼ ਸਫਾਈ ਦਾ ਜੀ, ਇਹ ਤਾਂ ਆਪਾਂ ਸਾਫ਼ ਸਫਾਈ ਸੈਂਟਰ ਦੀ ਪੂਰੇ ਦੀ ਸਾਫ਼ ਸਫਾਈ ਨਹੀਂ ਜੀ, ਆਪਦਾ ਮਤਲਬ ਜਿੰਨਾ ਕਿ ਇੱਥੇ ਮਤਲਬ ਥੋੜ੍ਹਾ ਹਾਂਜੀ 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 ਹੋਰ ਇਹਦੀ ਸਾਫ਼ ਸਫਾਈ ਕੌਣ ਕਰਦਾ? ਝਾੜੂ ਪੋਚਾ, ਝਾੜੂ ਪੋਚੇ ਵਾਲੇ ਜੀ ਰੱਖੇ ਹੋਏ ਆ ਜੀ, ਬੰਦੇ ਹੁੰਦੇ ਆ ਜੀ ਬਾਹਰੋਂ, ਸਫਾਈ ਵਾਲਾ ਆਉਂਦਾ ਜੀ ਬੰਦਾ। ਕਿੰਨੇ ਵਜੇ ਆਉਂਦਾ? ਉਹ ਆ ਜਾਂਦਾ ਜੀ ਕਿ 9-9:30 ਵਜੇ ਆਉਂਦਾ ਜੀ, ਕਈ ਟਾਈਮਿੰਗ ਅੱਗੇ ਪਿੱਛੇ ਵੀ ਹੋ ਜਾਂਦੀ ਹੈ ਜੀ, ਕਈ ਵਾਰੀ ਪਹਿਲਾਂ ਆ ਜਾਂਦਾ, ਕਈ ਵਾਰੀ ਲੇਟ ਆ ਜਾਂਦਾ ਜੀ। ਖਾਣਾ ਕਿੰਨੇ ਟਾਈਮ ਦਿੰਦੇ ਆ? ਖਾਣਾ ਟਾਈਮ ਮਿਲਦਾ ਜੀ, ਵੇਖੋ ਸਵੇਰੇ ਇੱਕ ਵਾਰੀ ਚਾਹ ਮਿਲਦੀ ਹੈ ਜੀ, ਉਸ ਤੋਂ ਬਾਅਦ ਬ੍ਰੇਕਫਾਸਟ ਹੁੰਦਾ ਜੀ, ਫਿਰ ਇਹ 9:30 ਜੀ, 9:30 ਦਾ ਟਾਈਮ ਹੈ ਜੀ ਬ੍ਰੇਕਫਾਸਟ ਦਾ, ਫਿਰ 11 ਵਜੇ ਚਾਹ ਮਿਲਦੀ ਹੈ ਜੀ, 11 ਵਜੇ ਤੋਂ ਬਾਅਦ 1 ਵਜੇ ਫਿਰ ਰੋਟੀ ਮਿਲਦੀ ਹੈ ਜੀ, 1 ਵਜੇ ਤੋਂ ਬਾਅਦ ਮਤਲਬ ਰੈਸਟ ਟਾਈਮ ਹੁੰਦਾ ਜੀ ਸਾਡਾ ਘੰਟਾ ਕੁ, ਮਤਲਬ ਇਹ 2-3 ਰੈਸਟ ਟਾਈਮ, ਉਸ ਤੋਂ ਬਾਅਦ ਇੱਕ ਸੈਸ਼ਨ ਲੱਗਦਾ ਜੀ ਇਨਪੁੱਟ ਸੈਸ਼ਨ, ਇਨਪੁੱਟ ਸੈਸ਼ਨ ਤੋਂ ਬਾਅਦ ਸਾਨੂੰ 4 ਵਜੇ ਹੁਣ ਫਿਰ ਚਾਹ ਮਿਲਦੀ ਹੈ ਜੀ, ਠੀਕ ਹੈ ਜੀ, ਉਸ ਤੋਂ ਬਾਅਦ ਰਾਤ ਨੂੰ 8 ਵਜੇ ਰੋਟੀ ਮਿਲਦੀ ਹੈ ਜੀ ਦੁਬਾਰਾ ਫਿਰ। ਹਾਂਜੀ ਬਾਪੂ ਜੀ ਨੇ ਸਾਡੇ ਨਾਲ, ਬਾਪੂ ਜੀ ਦੇ ਨਾਲ ਗੱਲਬਾਤ ਕਰਾਂਗੇ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿੱਥੋਂ ਜੀ ਤੁਸੀਂ? ਡੱਬਵਾਲੀ ਤੋਂ। ਡੱਬਵਾਲੀ ਤੋਂ ਕੀ ਨਸ਼ਾ ਕਰਦੇ ਸੀ? ਮੈਂ ਸਮੈਕ ਪੀਂਦਾ ਸੀ ਜੀ। ਸਮੈਕ ਪੀਂਦੇ ਸੀ? ਕਿੰਨਾ ਸਮਾਂ ਹੋ ਗਿਆ? 4 ਮਹੀਨੇ ਹੋ ਗਏ ਜੀ। ਹੁਣ ਕਿਵੇਂ ਆ? ਠੀਕ ਹੈ ਜੀ। ਕਿੰਨਾ ਸਮਾਂ ਹੋਇਆ ਛੱਡੇ ਨੂੰ? 4 ਮਹੀਨੇ ਹੋ ਗਏ ਜੀ। 4 ਮਹੀਨੇ ਹੋ ਗਏ ਜਦੋਂ ਇੱਥੇ ਆਏ, ਉਸ ਤੋਂ ਬਾਅਦ ਇੱਕਦਮ ਛੱਡੀ ਆ ਜਾਂ ਹੌਲੀ ਹੌਲੀ ਛੁਡਵਾਈ ਆ? ਬਸ ਜੀ ਹੌਲੀ ਹੌਲੀ ਛੁੱਟੀ, ਮਤਲਬ ਕਿ ਜਦੋਂ ਆ ਗਏ ਆ ਉਦੋਂ ਬਸ ਕੁਛ ਨਹੀਂ, ਉਦੋਂ ਬਾਅਦ ਕਰੀਏ ਨਹੀਂ ਕੁਛ ਵੀ ਨਹੀਂ ਕਰ। ਜਦੋਂ ਪਹਿਲਾਂ ਕਰਦੀ ਸੀ ਉਸ ਤੋਂ ਬਾਅਦ ਇੱਕਦਮ ਕਿਵੇਂ ਛੱਡੀ ਤੁਸੀਂ? ਉਹ ਐਂ ਸੀ ਜੀ, ਉੱਥੇ ਪਾਬੰਦੀ ਹੈ ਨਹੀਂ ਸੀ ਬਾਹਰ, ਬਾਹਰ ਸਾਰਾ ਕੁਝ ਮਿਲ ਜਾਂਦਾ ਸੀ ਅਤੇ ਕਰ ਲੈਂਦੇ ਸੀ, ਇੱਥੇ ਜਦੋਂ ਆਏ ਹਾਂ ਪਾਬੰਦੀ 'ਚ ਰਹੇ ਹਾਂ। ਪਾਬੰਦੀ ਕਿਸ ਤਰ੍ਹਾਂ ਦੀ? ਮਤਲਬ ਕਿ ਵੀ ਬਾਹਰ ਨਹੀਂ ਜਾ ਸਕਦੇ ਅਸੀਂ ਸੈਂਟਰ ਤੋਂ, ਅਤੇ ਉਸ ਚੀਜ਼ ਨਾਲ ਫਿਰ ਹੌਲੀ ਹੌਲੀ ਫਰਕ ਪਈ ਗਿਆ ਸਰੀਰ। ਸਾਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਯਾਰ ਜਿਹੜੇ ਇੱਥੇ ਹੁੰਦੇ ਆ, ਜਿੰਨੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ, ਉਹਨਾਂ ਨੂੰ ਧੱਕੇ ਦੇ ਨਾਲ ਜੇ ਕੋਈ ਕੰਮ ਨਹੀਂ ਕਰਦਾ ਤਾਂ ਉਹਨੂੰ ਧੱਕੇ ਦੇ ਨਾਲ ਕਰਵਾਇਆ ਜਾਂਦਾ? ਨਹੀਂ ਜੀ, ਐਫ ਜੀ ਤਾਂ ਕੋਈ ਗੱਲ ਨਹੀਂ ਜੀ। ਕੋਈ ਇਹ ਗੱਲ ਤਾਂ ਨਹੀਂ ਕਿ ਬਾਈ ਹੋਰੇ ਉੱਥੇ ਖੜਿਆ ਉਹਨਾਂ ਦੇ ਡਰ ਤੋਂ? ਨਹੀਂ ਜੀ, ਐਫ ਜੀ ਕੋਈ ਗੱਲ ਨਹੀਂ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ? ਨਹੀਂ। ਹੁਣ ਜਮਾਂ ਨਸ਼ਾ ਛੱਡ ਚੁੱਕੇ ਹੋ? ਹਾਂਜੀ। ਘਰੇ ਕਿੰਨੇ ਟਾਈਮ ਦਾ ਮਤਲਬ ਸੈਸ਼ਨ ਆ, ਕਿੰਨੇ ਸਮੇਂ ਦੇ ਲਈ ਤੁਸੀਂ ਇੱਥੇ ਆਏ ਹੋ? ਇਹ ਤਾਂ ਜੀ ਕਰਦਿਆਂ ਦੀ ਉਹ ਹੈ ਜੀ, ਇਹਨਾਂ ਨੇ ਦੱਸਿਆ ਹੋਣਾ ਤੁਹਾਨੂੰ ਵੀ ਤੁਸੀਂ ਇੰਨੇ ਸਮੇਂ 'ਚ ਆਏ ਹੋ? ਨਹੀਂ ਜੀ, ਕੁਛ ਨਹੀਂ ਦੱਸਿਆ। ਨਹੀਂ। ਕਦੋਂ ਤੱਕ ਜਾਣਾ? ਨਹੀਂ ਜੀ। ਸੋ ਹੋਰ ਵੀ ਬਾਈ ਹੋਣੇ, ਬਾਈ ਕਿੱਥੋਂ ਤੁਸੀਂ? ਮੁਕਤਸਰ ਤੋਂ, ਲੋਕਲੀ ਹੋਈ। ਮੁਕਤਸਰ ਤੋਂ? ਹਾਂਜੀ। ਅੱਛਾ, ਇਹ ਤੁਹਾਡੇ ਕੀ ਲੱਗਿਆ ਹੋਇਆ, ਟੈਗ ਲੱਗਿਆ ਹੋਇਆ? ਬੈਚ ਹੈ ਜੀ ਹਾਊਸ ਕੀਪਿੰਗ ਦਾ। ਕਿਵੇਂ ਜੀ? ਬੈਚ ਹੈ ਜੀ ਹਾਊਸ ਕੀਪਿੰਗ ਦਾ। ਅੱਛਾ। ਹਾਂਜੀ, ਹਾਊਸ ਕੀਪਿੰਗ ਦਾ ਤੁਹਾਡਾ ਬੈਚ ਹੈ, ਕੰਮ ਕੀ ਕਰਦੇ ਤੁਸੀਂ ਇੱਥੇ? ਇੱਥੇ ਕੋਈ ਕੰਮ ਨਹੀਂ ਬਾਈ, ਕਲਾਸ ਲਾ ਲਈ ਜੀ, ਕੰਮ ਕੋਈ ਨਹੀਂ ਕਰਦੇ। ਤੁਹਾਨੂੰ ਅਲੱਗ ਅਲੱਗ ਡਿਊਟੀ ਦਿੱਤੀ ਹੋਈ ਹੈ ਜਿੱਦਾਂ ਬਾਈ ਦੇ ਚੀਫ ਆ? ਹਾਂਜੀ ਹਾਂਜੀ। ਇਹ ਕਿਸ ਤਰ੍ਹਾਂ ਦੀ ਡਿਊਟੀ ਹੈ, ਇਹਦੇ 'ਚ ਕੀ ਹੁੰਦਾ, ਕੀ ਰਿਸਪੋਂਸੀਬਿਲਟੀ ਇਸ ਡਿਊਟੀ ਦੇ ਬੇਸ ਤੇ ਤੁਹਾਡੀ? ਥੋੜ੍ਹਾ ਬਹੁਤਾ ਜਿੱਦਾਂ ਅਸੀਂ ਸੁਣਦੇ ਹਾਂ ਜੀ, ਚਾਦਰਾਂ ਚੂਦਰਾਂ ਮਾੜੀਆਂ ਮੋਟੀਆਂ ਜਿਵੇਂ ਖਿਲਰ ਜਾਂਦੀਆਂ, ਸਹੀ ਕਰੀਦੀਆਂ, ਬਸ ਆਹ ਹੀ ਇਸ ਡਿਊਟੀ। ਉਹ ਚੀਜ਼ਾਂ ਤੁਸੀਂ ਕਰਦੇ ਹੋ ਬਾਈ? ਇਹ ਜਿਹੜੇ ਤੁਹਾਡਾ ਟੈਗ ਲੱਗਿਆ, ਇਹਨਾਂ ਦੀ ਕੀ ਰਿਸਪੋਂਸੀਬਿਲਟੀ ਇਹਨਾਂ ਦਾ ਤੁਹਾਡੇ ਬੇਸ 'ਤੇ? ਮਤਲਬ ਵੀ ਇਹ ਸਾਰੇ ਮੈਂਬਰਾਂ ਦਾ ਖਿਆਲ ਰੱਖਣਾ ਜੀ। ਚੀਫ ਦਾ ਮਤਲਬ ਕਹਿੰਦੇ ਨੇ ਉਹ ਘਰ ਦੇ ਜੋ ਪਿਓ ਹੁੰਦਾ ਨਾ ਜੀ, ਉਹ ਮਤਲਬ ਆ ਜੀ, ਇਹ ਸਾਰੇ ਮੈਂਬਰਾਂ ਦੀ ਮਤਲਬ ਜਿੱਦਾਂ ਮਤਲਬ ਮੈਂਬਰ ਨੂੰ ਕੁਛ 1-2 ਮਹੀਨੇ ਹੋ ਜਾਂਦੇ ਆ, ਨੌਲੇਜ ਵੱਧ ਜਾਂਦੀ ਆ, ਉਸ ਹਿਸਾਬ ਨਾਲ ਟੈਗ ਮਿਲਦੀ ਆ ਜੀ। ਇਹ ਹਾਊਸ ਕੀਪਿੰਗ ਦਾ ਜਦੋਂ ਬਾਹਰੋਂ ਕੋਈ ਆਉਂਦਾ ਕੰਮ ਵਾਲਾ ਜਦੋਂ ਆਉਂਦਾ ਵਾ ਜੀ, ਵੀ ਸਿਰਫ ਉਹਦੇ ਫੋਲੋਅਪ 'ਤੇ ਖੜਨਾ ਜੀ, ਉਹਦੇ ਕੋਈ ਮਤਲਬ ਨੁਕਸ ਨਾ ਛੱਡ ਜੇ, ਕੋਈ ਮਤਲਬ ਕੰਮ ਗਲਤ ਨਾ ਕਰ ਜੇ, ਵੀ ਕਿਤੇ ਸਫਾਈ ਕਰਨ ਵਾਲੀ ਰਹਿਣਾ ਜਾਵੇ, ਖੜ ਕੇ ਮਤਲਬ ਕਰਵਾਉਣੀ ਹੁੰਦੀ ਹੈ ਜਿਹੜੇ ਬਾਹਰੋਂ ਕੰਮ ਵਾਲੇ ਆਉਂਦੇ ਉਹਨਾਂ ਦੇ ਨੇ ਜੀ। ਅੱਛਾ, ਇਹ ਮਤਲਬ ਜਿਹੜਾ ਜਿੰਦਾ ਲੱਗਿਆ ਹੁੰਦਾ ਗਾ, ਜਿਵੇਂ ਹੁਣ ਇੱਥੇ ਜਿੰਦਾ ਲੱਗਿਆ ਹੋਇਆ ਸੀ, ਇਹਦਾ ਕੀ ਸਿਸਟਮ ਹੁੰਦਾ ਗਾ? ਤੁਹਾਨੂੰ ਬਾਹਰ ਨਹੀਂ ਆ ਦਿੱਤਾ ਜਾਂਦਾ? ਨਹੀਂ, ਮਤਲਬ ਜਾਈਦਾ ਜੀ ਬਾਹਰ, ਉਹਦਾ ਵੈਸੇ ਲਾਉਂਦੇ ਜੀ, ਕੋਈ ਚੱਕਰ ਜਿੰਦੇ ਦਾ ਹੈ ਨਹੀਂ ਗਾ, ਮਤਲਬ ਬਾਹਰ ਵੀ ਬਾਹਰ ਅੰਦਰ ਜਾਈਦਾ, ਬਾਹਰ ਜਦੋਂ ਵੀ ਜਾਣਾ ਹੁੰਦਾ ਬਾਈ ਨਾਲ ਗੱਲਬਾਤ ਕਰਨੀ ਹੈ ਤਾਂ ਉਹ ਵੀ ਕਰੀ ਦੀ ਆ ਜਾ ਕੇ, ਕੋਈ ਚੱਕਰ ਨਹੀਂ ਗਾ ਜੀ। ਬਾਈ ਜੀ ਬਾਈ ਜੀ ਕਿੱਥੋਂ ਤੁਸੀਂ? ਫਾਜ਼ਿਲਕਾ ਤੋਂ ਜੀ। ਫਾਜ਼ਿਲਕਾ ਤੋਂ ਕਿੰਨਾ ਸਮਾਂ ਹੋ ਗਿਆ? ਇੱਥੇ 2 ਮਹੀਨੇ ਹੋ ਗਏ ਜੀ। 2 ਮਹੀਨੇ ਹੋ ਗਏ। ਕੀ ਨਸ਼ਾ ਕਰਦੇ ਸੀ? ਮੈਂ ਤਾਂ ਮੈਂਟਲੀ ਮੰਨ ਗਿਆ ਦਿਮਾਗ, ਕਿੱਦਾਂ ਜੀ? ਮੈਨੂੰ ਨਾ ਮੰਨ ਕੇ ਚੱਲੋ ਵੀ ਮੈਂ ਘਰੇ, ਮੇਰਾ ਸਾਡਾ ਵਿਹਾਰ ਮਾੜਾ ਸੀ। ਸੋਰੀ ਸੋਰੀ। ਅੱਛਾ ਜੀ,
कि हालांकि सानू भी असीं उहदे थल्ले जिहड़े कमेंट आए जिन्ने भी लोकां दे कमेंट ज्यादातर लोग सिर्फ ब्रेक ना कोई इत्थे ऐसा वैसा ठीक है कोई मुंडा बुला के पुछ लो कि ब्रेक इत्थे हुंदी है कोई कोई जरदा बीड़ी कुछ भी जी इत्थे नहीं हुंदा पता गल कि परिवारां दे फोन आए आ तराज मनदे पए आ परिवारां दे फोन परिवारां नूं किन्ना किन्ना तों पता लग गया परिवारां नूं भाई जी परिवारां दे फोन आई जांदे आ ਉਹ ਤਰਾਈ ਮੰਨੀ ਜਾਂਦੇ ਪਰਿਵਾਰਾਂ ਨੂੰ ਨਹੀਂ ਪਰਿਵਾਰਾਂ ਦੇ ਤਾਂ ਫੋਨ ਜਿਹੜੇ ਹੈਗੇ ਮਤਲਬ ਤੁਸੀਂ ਕਹਿੰਦੇ ਪਰਿਵਾਰਾਂ ਦੇ ਫੋਨ ਆ ਰਹੇ ਹਾਂ ਹਾਂ ਤਰਾਈ ਮੰਨਦੇ ਵੀਰ ਜੀ ਉਹ ਨਹੀਂ ਆਪਾਂ ਤਾਂ ਕਿਤੇ ਆਏ ਨਹੀਂ ਜੀ ਪਤਾ ਗੱਲ ਕੀ ਆ ਉਹ ਹੋ ਰਹੀ ਆ ਜਿਹੜੇ ਪਛਾਣਦੇ ਸਾਰੇ ਤੁਸੀਂ ਜਿਹੜੇ ਪੁੱਛੋ ਉਹਨਾਂ ਨੂੰ ਪੁੱਛੋ ਆ ਕੇ ਤੁਹਾਨੂੰ ਇਕੱਲਾ ਮੁੰਡਾ ਮਿਲਾ ਦੇਣਾ ਕੋਈ ਦਿੱਕਤ ਨਾ ਤੁਸੀਂ ਪੁੱਛ ਹੀ ਲਿਆ ਸਾਰਿਆਂ ਨੂੰ ਕੋਈ ਦੱਸੋ ਵੀ ਜੀ ਗੱਲ ਲੱਗੀ ਕੋਈ ਜੀ ਗੱਲ ਲੱਗੀ ਨਹੀਂ ਨਹੀਂ ਉਹੀ ਗੱਲ ਕਰ ਰਹੇ ਨਾ ਕਿ ਬਾਈ ਜੀ ਤੁਸੀਂ ਕੋਈ ਨਾ ਕੋਈ ਇੱਥੇ ਖੜਦੇ ਆ ਤੁਸੀਂ ਕਿਹਾ ਪਰਿਵਾਰਾਂ ਦੇ ਫੋਨ ਹੈ ਮਤਲਬ ਪਰਿਵਾਰਾਂ ਨੂੰ ਕਿਵੇਂ ਪਤਾ ਲੱਗਿਆ ਪਰਿਵਾਰਾਂ ਨੂੰ ਵਿੱਚ ਫੇਸ ਵੇਖਦੇ ਆ ਉਹ ਜਿਹੜੇ ਸਾਰੇ ਬੰਦੇ ਵੀਡੀਓ ਵੇਖਦੇ ਗਾਂਧੀ ਦਾ ਫੋਨ ਕਰਦੇ ਆ ਉਹ ਤਰਾਜ ਕਰਦੇ ਵੀਰ ਜੀ ਐਂ ਕੀ ਕਹਿੰਦੇ ਪਰਿਵਾਰ ਕੀ ਕਹਿੰਦੇ ਵੀ ਹਾਂ ਸਾਡੇ ਬੱਚੇ ਦੀ ਵੀਡੀਓ ਖਾਈ ਜਾਂਦੇ ਹੋ ਸਾਰੇ ਬੱਚੇ ਨੂੰ ਖਾ ਰਹੇ ਹੋ ਕਿਹੜੇ ਚੈਨਲ ਤੇ ਦੇਖੀ ਆ ਆਹੀ ਯੂਟਿਊਬ ਤੇ ਯੂਟਿਊਬ ਤੇ ਯੂਟਿਊਬ ਤੇ ਬਾਜੀ ਚੱਲ ਰਹੀ ਆ ਸੋਰੀ ਯੂਟਿਊਬ ਕਹਿ ਰਹੇ ਫੇਸਬੁੱਕ ਤੇ ਕਿਹੜੇ ਫੇਸਬੁੱਕ ਤੇ ਦੇਖੀ ਆ ਆਪਣਾ ਗੁਰਪ੍ਰੀਤ ਗੋਟਲੀ ਜਿਹੜੇ ਭਾਈ ਪਰਸੋਂ ਆਏ ਸੀਗੇ ਇੱਥੋਂ ਤਾਂ ਕਰੀ ਨਹੀਂ ਬਾਈ ਤਾਂ ਉਧਰੋਂ ਕਰ ਰਹੀ ਇੱਥੋਂ ਤਾਂ ਕਰੀ ਨਹੀਂ ਬਾਈ ਵੀਰ ਜੀ ਇੱਥੋਂ ਪਰਸੋਂ ਕੀਤੀ ਸੀ ਹਾਂ ਪਰਸੋਂ ਕਰੀ ਸੀ ਪਰਸੋਂ ਕਰੀ ਸੀ ਉਹਨਾਂ ਦੇ ਫੋਨ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉੱਥੇ ਸਾਡੀ ਇੱਕ ਰਿਸਪੋਂਸੀਬਿਲਟੀ ਬਣ ਜਾਂਦੀ ਹੈ ਬਾਈ ਜਦੋਂ ਉੱਥੇ ਥੱਲੇ ਕਮੈਂਟ ਆਇਆ ਕਿਉਂਕਿ ਉੱਥੇ ਹਾਲਾਂਕਿ ਸਾਡੇ ਤੇ ਖੋਤੇ ਆ ਕਿ ਯਾਰ ਕੋਈ ਬੰਦਾ ਇਹ ਚੀਜ਼ ਨੂੰ ਪ੍ਰਮੋਟ ਕਿੱਦਾਂ ਕਰ ਰਿਹਾ ਤਾਂ ਉੱਥੇ ਲੋਕਾਂ ਨੇ ਇੱਥੋਂ ਤੱਕ ਕਿਹਾ ਕਿ ਇਹਨਾਂ ਤੋਂ ਜਿਹੜਾ ਕੰਮ ਕਰਾਇਆ ਜਾਂਦਾ ਇਹਨਾਂ 'ਤੇ ਤਸ਼ੱਦਦ ਹੁੰਦਾ ਇਹਨਾਂ ਨੂੰ ਕਈ ਚੀਜ਼ਾਂ ਜਿਹੜੀਆਂ ਨੇ ਇੱਦਾਂ ਦੀਆਂ ਉਹ ਵੀ ਖਵਾਈਆਂ ਜਾਂਦੀਆਂ ਨੇ ਤਾਂ ਕਰਕੇ ਸਾਡਾ ਫਰਜ਼ ਸੀ ਕਿ ਅਸੀਂ ਆ ਕੇ ਇੱਕ ਵਾਰੀ ਸੱਚ ਤਾਂ ਦਿਖਾਈਏ ਪੁੱਛ ਲਈ ਨਾ ਵੀ ਜੀ ਪੁੱਛ ਲਿਆ ਹੁਣ ਆਪਾਂ ਸਾਰਾ ਪੁੱਛ ਲਿਆ ਅਸੀਂ ਕਰ ਹੀ ਰਹੇ ਹਾਂ ਅਸੀਂ ਉਹੀ ਕਰ ਹੀ ਰਹੇ ਸੀ ਨਾ ਵੀ ਹਾਂਜੀ ਹਾਂਜੀ ਉਹੀ ਕਰ ਰਹੇ ਹਾਂ ਨਾ ਕਿ ਬਾਈ ਵੀਰ ਜੀ ਤੂੰ ਇਕੱਲੇ ਨੂੰ ਪੁੱਛ ਲਓ ਲਾਗੇ ਨਾ ਕੋਈ ਦਿੱਕਤ ਨਹੀਂ ਪੁੱਛ ਲਓ ਹਾਂ ਨਹੀਂ ਕਰ ਹੀ ਰਹੇ ਹਾਂ ਉਹੀ ਤਾਂ ਹੀ ਇਕੱਲੇ ਇਕੱਲੇ ਤੋਂ ਬਾਈ ਇਕੱਲੇ ਇਕੱਲੇ ਤੋਂ ਪੁੱਛ ਰਹੇ ਹਾਂ ਵੀ ਕੀ ਚੱਕਰ ਹਾਂ ਵੀ ਇਸਦੇ ਵਿੱਚ ਅਸਲੀਅਤ ਕੀ ਅਸੀਂ ਉਹੀ ਗੱਲ ਕਰ ਰਹੇ ਹਾਂ ਹੋਰ ਕੋਈ ਦੇਖੋ ਸਾਡਾ ਮਕਸਦ ਸਿਰਫ ਇੰਨਾ ਕਿ ਦੇਖੋ ਤੁਸੀਂ ਸਹੀ ਹੋ ਕੋਈ ਚੱਕਰ ਨਹੀਂ ਤਾਂ ਸਾਰਿਆਂ ਸਾਹਮਣੇ ਗੱਲ ਤਾਂ ਜਾਵੇ ਨਾ ਕਮ ਸੇ ਕਮ ਆ ਜਾਓ ਕਿਉਂਕਿ ਜੇਕਰ ਤੁਸੀਂ ਜਿਹੜੇ ਸਹੀ ਹੋ ਸਾਰਿਆਂ ਕੋਲ ਇਹ ਗੱਲ ਜਾਵੇ ਸੋ ਤੁਸੀਂ ਦੇਖਿਆ ਇੱਥੇ ਇੱਥੇ ਜਿਹੜੀ ਆ ਇੱਥੇ ਅਸੀਂ ਗੱਲਬਾਤ ਕਰ ਰਹੇ ਹਾਂ ਇਸ ਨਸ਼ਾ ਛੜਾਊ ਕੇਂਦਰ ਦੇ ਵਿੱਚ ਜਿਹੜਾ ਅਸੀਂ ਆਏ ਹਾਂ ਕਿਉਂਕਿ ਇੱਕ ਵੀਡੀਓ ਆਈ ਆ ਤਾਂ ਵੀਡੀਓ ਆਈ ਆ ਵੀਡੀਓ ਦੇ ਵਿੱਚ ਜਿਹੜਾ ਥੱਲੇ ਕਮੈਂਟ ਆਏ ਸੀ ਤਾਂ ਉਹਨਾਂ ਕਮੈਂਟਾਂ ਦੇ ਵਿੱਚ ਇਹ ਚੀਜ਼ ਦੱਸੀ ਗਈ ਸੀ ਕਿ ਇਹਨਾਂ 'ਤੇ ਤਸ਼ੱਦਦ ਹੁੰਦਾ ਆ ਤਾਂ ਅਸੀਂ ਤਸ਼ੱਦਦ ਹੁੰਦਾ ਸਾਡਾ ਫਰਜ਼ ਸੀ ਕਿ ਯਾਰ ਅਸੀਂ ਇੱਕ ਵਾਰੀ ਆ ਕੇ ਪਤਾ ਜ਼ਰੂਰ ਕਰੀਏ ਇੱਕ ਵਾਰੀ ਆ ਕੇ ਪਤਾ ਜ਼ਰੂਰ ਕਰੀਏ ਦੇਖਿਆ ਜ਼ਰੂਰ ਜਾਵੇ ਕਿ ਵਾਕਿਆ ਦੇ ਵਿੱਚ ਇਹ ਚੀਜ਼ ਹੁੰਦੀ ਆ ਕਿੰਨਾ ਕੁ ਸੱਚ ਆ ਤਾਂ ਜੋ ਤੁਹਾਡੇ ਸਾਹਮਣੇ ਇਹ ਗੱਲ ਆ ਸਕੇ ਬਾਈ ਜੀ ਹੋਰੇ ਖੜੇ ਨੇ ਬਾਈ ਜੀ ਹੋਰਾਂ ਦੇ ਨਾਲ ਵੀ ਗੱਲਬਾਤ ਰਹੇਗੀ ਕੁੱਕਰ ਰੱਖੇ ਤੁਹਾਨੂੰ ਕੁੱਕਰ ਨੂੰ ਮਿਲਾ ਦਿੰਦੇ ਹਾਂ ਤੁਹਾਨੂੰ ਸਹੀ ਸਫਾਈ ਕਰਮ 'ਚ ਮਿਲਾ ਦਿੰਦੇ ਹਾਂ ਤੁਸੀਂ ਮੁੰਡੇ ਨੂੰ ਪੁੱਛ ਲਿਆ ਕਹਿੰਦਾ ਕੋਈ ਬ੍ਰੇਕ ਨਹੀਂ ਇੱਥੇ ਹੁੰਦੀ ਜੇ ਬ੍ਰੇਕ ਹੋਵੇ ਮੈਂ ਦੇਣ ਦਾ ਰਿਹਾ ਗੱਲ ਦਾ ਕੋਈ ਜਰਦਾ ਬੀੜੀ ਵਾਲਾ ਕੰਮ ਹੋਵੇ ਤਾਂ ਦੇਣ ਦਾ ਰਿਹਾ ਵੀਰ ਜੀ ਮੈਂ ਮਨਪ੍ਰੀਤ ਬਰੇ ਅਸੀਂ ਤਾਂ ਹੀ ਕਹਿੰਦੇ ਹਾਂ ਵੀ ਉਹਨਾਂ ਦੇ ਸਭ ਤੋਂ ਪਹਿਲਾਂ ਮੈਂ ਖੁਦ ਅਸੀਂ ਮਾਸਕ ਪਵਾਏ ਆ ਹਾਂਜੀ ਹਾਂਜੀ ਕਿਸੇ ਦੀ ਪ੍ਰਾਈਵੇਸੀ ਨਾ ਜਿਹੜੀ ਲੌਸ ਹੋਵੇ ਹੈਨਾ ਹਰ ਇੱਕ ਬੰਦਾ ਕਹਿੰਦਾ ਵੀ ਜਦੋਂ ਆਪਾਂ ਸੱਚੇ ਆ ਯਾਰ ਕਿਉਂਕਿ ਵੀਰ ਜੀ ਇਹ ਉਹੀ ਲੋਕ ਆ ਜਿਹੜੇ ਇੱਥੋਂ ਖੁਦ ਨਸ਼ਾ ਛੱਡ ਕੇ ਗਏ ਆ ਦੁਬਾਰਾ ਜਾ ਕੇ ਕਰਨ ਲੱਗ ਪਏ ਆ ਮਤਲਬ ਕਿ ਜਿਹੜਾ ਤੁਸੀਂ ਕਹਿੰਦੇ ਤੁਹਾਡੇ ਜਿਹੜਾ ਹੈਗਾ ਵੈਸੇ ਤੁਹਾਡੇ ਜਿਹੜੇ ਬਿਜ਼ਨਸ ਦੇ ਵਿਰੋਧੀ ਹੈ ਹਾਂਜੀ ਹਾਂਜੀ ਉਹੀ ਹੈ ਵੀਰ ਜੀ ਹੋਰ ਕੋਈ ਨਹੀਂ ਹੈਗਾ ਤੁਹਾਨੂੰ ਜਾਏਗਾ ਤੁਹਾਨੂੰ ਕੀ ਕਹਿੰਦੇ ਤੁਹਾਨੂੰ ਗਵਾਹ ਬੈਠੇ ਕਹਿੰਦੇ ਅਸੀਂ ਇੱਥੇ ਨਹੀਂ ਗਵਾਹ ਬੈਠਾ ਨੂੰ ਕਹਿੰਦੇ ਤੁਸੀਂ ਕਹਿੰਦੇ ਉਹਨੂੰ ਕਹਿੰਦੇ ਇਕੱਠੇ ਹੋ ਕੇ ਮੈਂ ਕਰ ਦਿਆਂਗੇ ਅਸੀਂ ਕਰ ਦਿਆਂਗੇ ਇਹਦੇ ਵਿੱਚ ਯੂਟਿਊਬ ਤੇ ਨਹੀਂ ਮੇਰੀ ਗੱਲ ਸੋਚ ਰਿਹਾ ਆਪਣੀ ਗੱਲ ਚੱਲੀ ਜਾਂਦੀ ਹੈ ਹਾਂਜੀ ਵੀ ਮਤਲਬ ਕਿ ਜਿਹੜਾ ਤੁਹਾਡੇ ਤੇ ਫਾਰ ਐਗਜ਼ਾਮਪਲ ਆ ਵੀ ਦੇਖੋ ਜਿੰਨਾ ਐਲੀਗੇਸ਼ਨ ਹਾਂਜੀ ਹਾਂਜੀ ਇੱਕ ਗੱਲ ਅਸੀਂ ਥੋੜਾ ਜਿਹਾ ਜਿਹੜੀ ਹੈਗੀ ਆ ਗਰੇ ਜਸ ਹਜੇ ਤੱਕ ਤੂੰ ਜਿੰਨੀ ਇੰਟਰਵਿਊ ਕੀਤੀ ਆ ਕਿਸੇ ਨੇ ਕੁਛ ਕਿਹਾ ਕੋਈ ਹੈ ਨਹੀਂ ਹਲੇ ਤੱਕ ਹਲੇ ਮੈਂ ਕਰਦਾ ਹਲੇ ਤੱਕ ਜਿੰਨੀਆਂ ਕਿ ਕੀਤੀਆਂ ਨੇ ਕੋਟਲੀ ਹਲੇ ਤੱਕ ਕਿਸੇ ਨੇ ਕੁਛ ਨਹੀਂ ਕਿਹਾ ਠੀਕ ਆ ਹਲੇ ਤੱਕ ਮੈਨੂੰ ਵੀ ਜਿੰਨਾ ਤੁਸੀਂ ਵੀ ਲਾਈਵ ਦੇਖਿਆ ਇਹਨੂੰ ਕਿਸੇ ਨੇ ਇਹੋ ਜਿਹਾ ਕੁਛ ਨਹੀਂ ਕੋਈ ਨਹੀਂ ਕਿਹਾ ਹਾਂਜੀ ਹਾਂਜੀ ਘਾਬਰ ਦੀ ਲੋੜ ਪੈ ਨਹੀਂ ਘਾਬਰ ਨਹੀਂ ਵੀਰ ਜੀ ਪਤਾ ਪਰਿਵਾਰ ਜਿਹੜੇ ਹੈਗੇ ਆ ਨਾ ਉਹ ਕਹਿ ਦਿੰਦੇ ਆ ਸਾਡੇ ਬੱਚੇ ਦੀ ਪਰਸੋਂ ਦੀ ਕਰਕੇ ਗਏ ਸੀ ਨਾ ਸਾਨੂੰ ਤਿੰਨ ਚਾਰ ਪਰਵਾਂ ਦੇ ਫੋਨ ਆਏ ਵੀ ਆ ਤੁਸੀਂ ਸਾਡੇ ਬੱਚੇ ਦੀ ਕਿਉਂ ਪ੍ਰਾਈਵੇਸੀ ਲੀਕ ਕਰੀ ਜਾਂਦੇ ਹੋ ਅਸੀਂ ਵਿਆਹ ਕਰਨਾ ਸੀ ਆਹ ਕਰਨਾ ਉਹ ਗੱਲਾਂ ਕਰਕੇ ਵੀਰ ਜੀ ਤੁਹਾਨੂੰ ਬਾਕੀ ਦਾ ਮੁੰਡਾ ਮਿਲਣਾ ਹਾਂ ਵੀ ਜੀ ਹੋਰ ਸਾਨੂੰ ਕੋਈ ਤਰਾਜ ਨਹੀਂ ਉਹ ਗੱਲਾਂ ਠੀਕ ਆ ਪਤਾ ਬਾਈ ਜੀ ਮੈਂ ਤੁਹਾਨੂੰ ਦੱਸਦਾ ਮੇਨ ਮਕਸਦ ਕੀ ਸੀ ਪਤਾ ਜਦੋਂ ਮੀਡੀਆ ਇਦਾਂ ਹੀ ਚੀਜ਼ ਦਿਖਾਉਂਦਾ ਤਾਂ ਸਵਾਲੀਆ ਚਿੰਨ ਖੜਾ ਹੋ ਜਾਂਦਾ ਹਾਲਾਂਕਿ ਸਾਡਾ ਮਿੱਤਰ ਮੈਂ ਇਹਨੂੰ ਖੁਦ ਕਿਹਾ ਕਿ ਯਾਰ ਤੂੰ ਗਲਤ ਕੀਤਾ ਕਿਉਂਕਿ ਥੱਲੇ ਜਦੋਂ ਕਮੈਂਟ ਆਉਂਦੇ ਨਾ ਹਨਾ ਤਾਂ ਇਹ ਸੀ ਕਿ ਯਾਰ ਸਾਨੂੰ ਜਾ ਕੇ ਦੱਸਣਾ ਚਾਹੀਦਾ ਆਪਾਂ ਬਾਈ ਹੋਰਾਂ ਨੂੰ ਬਿਨਾਂ ਦੱਸੇ ਜਾਵਾਂਗੇ ਮੈਂ ਦੱਸਿਆ ਕਿ ਬਾਈ ਹੋਰਾਂ ਨੂੰ ਬਿਨਾਂ ਦੱਸੇ ਜਾਵਾਂਗੇ ਤਾਂ ਜੋ ਸਾਨੂੰ ਅਸਲੀ ਅਸਲੀਅਤ ਅੰਦਰ ਲਈ ਪਤਾ ਲੱਗ ਸਕੇ ਕਿ ਯਾਰ ਹੈ ਕੀ ਵਾਕਿਆ ਦੇ ਵਿੱਚ ਕੁੱਟਮਾਰ ਹੁੰਦੀ ਆ ਕਿਉਂਕਿ ਦੇਖੋ ਅਸੀਂ ਬੰਨਿਆ ਬੈਠਾ ਤੇ ਵੇਖਿਆ ਮੈਂ ਤੁਹਾਨੂੰ ਉਹੀ ਦੱਸਦਾ ਸਾਰੇ ਕਲਾਸ ਲੱਗੀ ਜਾਂਦੀ ਅਸੀਂ ਕਿਸੇ ਦੇ ਸਵਾਲ ਨਹੀਂ ਖੜੇ ਕਰਦੇ ਸਿਰਫ ਗੱਲ ਇਹ ਆ ਦੇਖੋ ਜੇਕਰ ਇੱਕ ਬੰਦਾ ਮਾੜਾ ਹੁੰਦਾ ਸ਼ਾਇਦ ਉਹ ਚਾਰ ਬੰਦੇ ਨੂੰ ਮਾੜਾ ਕਰਦਾ ਹਨਾ ਕਿਉਂਕਿ ਜੇਕਰ ਕਿਸੇ
ਜਿਹਨਾਂ ਨੇ ਵਧੀਆ ਰੱਖਿਆ ਪਿਆਰ ਨਾਲ ਫੇਰ ਹੀ ਮੋਹ ਪਿਆਰ ਪਿਆਰ ਕਿਵੇਂ ਦੀ ਦਵਾਈ ਦਿੱਤੀ ਜਾਂਦੀ ਹੈ ਇੱਥੇ ਦਵਾਈ ਇੱਥੇ ਜਿੰਨਾ ਚਿਕਰ ਬੰਦੇ ਨੂੰ ਫਿਜ਼ੀਕਲ ਤੌਰ 'ਤੇ ਫਿੱਟ ਨਹੀਂ ਹੁੰਦਾ ਜੀ ਜੀ ਬੰਦੇ ਵੀ ਐਂ ਹੁੰਦਾ ਮੈਨੂੰ ਤੋੜ ਲੱਗੀ ਨਹੀਂ ਮੇਰੀ ਲੱਤਾਂ ਵਾਂ ਧੂਈਂ ਦੁਖੀ ਜਾਂਦੀ ਆ ਉਹਨਾਂ ਚਿਕਰ ਦਵਾਈ ਦਿੰਦੇ ਆ ਅਤੇ ਹੁਣ ਦਸਾਂ ਦਿਨਾਂ ਦਾ ਸਰੀਰ ਫਿੱਟ ਹੋ ਗਿਆ ਫਿਰ ਵੀ ਦਵਾਈ ਦੇ ਦੇ ਨਸ਼ੇ ਦੀ ਫਿਰ ਉਹਨੇ ਨਸ਼ਾ ਥੋੜ੍ਹੀ ਛੱਡਣਾ ਜੀ ਨਹੀਂ ਤੁਸੀਂ ਫਿਰ ਹੌਲੀ ਹੌਲੀ ਛੱਡਿਆ ਜਾਂ ਇੱਥੇ ਆ ਕੇ ਤੁਹਾਨੂੰ ਥੋੜ੍ਹਾ ਥੋੜ੍ਹਾ ਦਿੰਦੇ ਸੀ ਉਸ ਤੋਂ ਬਾਅਦ ਛੱਡਿਆ ਸੀ ਨਸ਼ਾ ਤਾਂ ਦਿੰਦੇ ਹੀ ਨਹੀਂ ਗਏ ਜੀ ਇੱਥੇ ਆ ਕੇ ਨਸ਼ਾ ਦੇ ਫਿਰ ਨਸ਼ਾ ਛੱਡਾ ਸੈਂਟਰ ਕਾਹਦਾ ਹੋ ਗਿਆ ਜੀ ਜੇ ਨਸ਼ਾ ਹੀ ਦੇ ਜਾਣਾ ਇੱਥੇ ਨਸ਼ਾ ਛੱਡਣੀ ਦਵਾਈ ਦਿੰਦੇ ਆ ਵੀ ਇੱਕ ਜਿਹਾ ਸਰੀਰਕ ਤੌਰ 'ਤੇ ਫਿੱਟ ਹੋ ਜਾਵੇ ਫਿਜ਼ੀਕਲ ਫਿੱਟ ਹੋ ਜਾਵੇ ਵੀ ਚੱਲ ਇਹਦਾ ਵੀ ਸਰੀਰ ਟੁੱਟਣ ਹਟ ਜਾਵੇ ਮੇਨ ਗੱਲ ਹੈ ਜੀ ਅਤੇ ਬਾਅਦ ਤੋਂ ਬਾਅਦ ਆਪਣਾ ਵੀ ਹੁੰਦੇ ਆ ਕਲਾਸਾਂ ਲਵਾਉਂਦੇ ਆ ਸਮਝਾਉਂਦੇ ਆਪਾਂ ਨੂੰ ਵੀ ਕਾਉਂਸਲਿੰਗ ਕਰਦੇ ਵੀ ਨਸ਼ਾ ਨਸ਼ਾ ਤਾਂ ਬੰਦਾ ਛੱਡ ਦਿੰਦਾ ਜਿਹੜੀਆਂ ਗੱਲਾਂ ਮਤਲਬ ਕਹਿੰਦੇ ਆ ਵੀ ਕੁੱਟਮਾਰ ਹੁੰਦੀ ਆ ਜਾਂ ਇੱਦਾਂ ਦਾ ਕੁਛ ਨਹੀਂ ਹੈਗਾ ਵੀ ਕੁੱਟਦੇ ਮਾਰਦੇ ਆ ਮੈਂ ਇੱਥੇ 10 ਦਿਨ ਹੋ ਗਏ ਗਏ ਨੂੰ ਬਾਹਰ ਇੱਥੋਂ ਅੰਦਰ ਹੀ ਗਿਆ ਜੀ ਜੇ ਕੁੱਟਮਾਰ ਹੁੰਦੀ ਮੈਂ ਇਹਨਾਂ ਕੋਲ ਆਉਣਾ ਨਹੀਂ ਜੇ ਪਿਆਰ ਨਾਲ ਰੱਖਿਆ ਮੋਹ ਪਿਆਰ ਨਾਲ ਵੀ ਸਮਝਾਉਂਦੇ ਆ ਐਂ ਵੀ ਆਪਣੇ ਭਲੇ ਆਸਤੇ ਸਮਝਾਉਂਦੇ ਆਪਾਂ ਨੂੰ ਕੁੱਟਮਾਰ ਹੁੰਦੀ ਮੈਂ ਇੱਥੇ ਘਰੇ ਆਉਣਾ ਹੀ ਨਹੀਂ ਸੀ ਝਾਕਣਾ ਨਹੀਂ ਸੈਂਟਰ ਵਾਲੀ ਬਾਈ ਜੀ ਕੀ ਕਹੋਗੇ ਜਿਹੜੇ ਜਦੋਂ ਤੁਹਾਡੀ ਪਿਛਲੀ ਵੀਡੀਓ ਆਉਂਦੀ ਉਸ ਤੋਂ ਬਾਅਦ ਲੋਕਾਂ ਦੇ ਕਮੈਂਟ ਆ ਕਿਉਂਕਿ ਦੇਖੋ ਇਹ ਆਪਣਾ ਵੇਰਵਾ ਦਿਓ ਤੁਸੀਂ ਇੱਥੇ ਦੇ ਕੀ ਹੋ ਮੈਂ ਵੀਰੇ ਗੁਰਪ੍ਰੀਤ ਹਾਂ ਮੈਂ ਇੱਥੇ ਐਜ਼ ਅ ਸਟਾਫ ਕੰਮ ਕਰਦਾ ਹਾਂਜੀ ਕਿੱਦਾਂ ਦਾ ਕੁੱਟਮਾਰ ਵਗੈਰਾ ਕਰਦੇ ਹੋ ਇਹਨਾਂ ਦੀ ਕਿੰਨੀ ਕੁ ਹੁੰਦੀ ਹੈ ਨਹੀਂ ਵੀਰੇ ਕੋਈ ਕੁੱਟਮਾਰ ਨਹੀਂ ਹੁੰਦੀ ਹਾਲਾਂਕਿ ਮੈਂ ਵੀ ਇੱਕ ਰਿਕਵਰੀ ਐਡਿਕਟ ਹਾਂ ਅੱਛਾ ਤੁਸੀਂ ਇਸੇ ਇਹਦੇ ਵਿੱਚ ਸੀ ਸੈਟ ਇਸੇ ਪਾਰਟ ਦੇ ਵਿੱਚ ਸੀਗਾ ਜੀ ਇਸੇ ਪਾਰਟ ਤੋਂ ਬਾਹਰ ਆਇਆ ਜੀ ਹੁਣ ਮੈਨੂੰ ਪੂਰੇ 14-15 ਮਹੀਨੇ ਹੋ ਗਏ ਵੀ ਨਸ਼ੇ ਤੋਂ ਕਲੀਨ ਹਾਂ ਉਸ ਤੋਂ ਬਾਅਦ ਵੀਰੇ ਬਾਅਦ ਦੇ ਵਿੱਚ ਜਦੋਂ ਇਹਨਾਂ ਦੇ ਨਾਲ ਜੁੜ ਕੇ ਰਿਹਾ ਬਕਾਇਦਾ ਐਨਏ ਦੀਆਂ ਮੀਟਿੰਗਾਂ ਲੱਗਦੀਆਂ ਸਾਡੀਆਂ ਇਸ ਪ੍ਰੋਗਰਾਮ ਦੀਆਂ ਉਹਨੂੰ ਨਾਰਕੋਟਿਕਸ ਅਨੋਨੀਮਸ ਦੀਆਂ ਮੀਟਿੰਗ ਆ ਠੀਕ ਹੈ ਜੀ ਇੱਥੇ ਅੱਜ ਵੀ ਮੀਟਿੰਗ ਲੱਗੀ ਸੀਗੀ ਗੌਰਮੈਂਟ ਕਾਲਜ ਦੇ ਵਿੱਚ ਮੀਟਿੰਗ ਹੁੰਦੀ ਆ ਹੁਣ ਸਾਰੇ ਆ ਜਿੰਨੇ ਅਸੀਂ ਭਰਾ ਹੈਗੇ ਸਾਰੇ ਮੀਟਿੰਗ ਤੋਂ ਹੀ ਆਏ ਹਾਂ ਮੀਟਿੰਗ ਤੋਂ ਆ ਕੇ ਇੱਥੇ ਹੁਣ ਬੈਠੇ ਸੀ ਉਦੋਂ ਨੂੰ ਤੁਸੀਂ ਹੀ ਆ ਗਏ ਹੋ ਅਤੇ ਉਦੋਂ ਬਾਅਦ ਦੇ ਵਿੱਚ ਵੀਰੇ ਜਦੋਂ ਇਹਨਾਂ ਨਾਲ ਜੁੜ ਕੇ ਚੱਲਿਆ ਬਾਹਰਲੀ ਸੁਸਾਇਟੀ ਦੇ ਵਿੱਚ ਮੇਰੇ ਤੋਂ ਕੰਮ ਨਹੀਂ ਹੁੰਦਾ ਸੀਗਾ ਜੇ ਕਰਦਾ ਸੀਗਾ ਦੁਬਾਰਾ ਫਿਰ ਮੁੜ ਵੀ ਨਸ਼ੇ ਵਾਲੀ ਲੈਣ ਵਾਲੇ ਪਾਸੇ ਹੋ ਜਾਂਦਾ ਸੀਗਾ ਅਤੇ ਉਦੋਂ ਚੰਗਾ ਵੀਰੇ ਮੈਨੂੰ ਇਹ ਬੈਟਰ ਲੱਗਿਆ ਵੀ ਇਹਨਾਂ ਦੇ ਨਾਲ ਹੀ ਜੁੜ ਕੇ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਕਿਵੇਂ ਲੱਗਦਾ ਕਿ ਅਸੀਂ ਅੱਜ ਆ ਕੇ ਇੱਕਦਮ ਆਏ ਹਾਂ ਤੁਹਾਨੂੰ ਕਿਵੇਂ ਲੱਗਿਆ ਵੀ ਗਲਤ ਲੱਗਿਆ ਜਾਂ ਕਿਵੇਂ ਲੱਗਿਆ ਯਾਰ ਵੀਰੇ ਇੱਕ ਵਾਰੀ ਤਾਂ ਨਰਵਸ ਜਿਹਾ ਜਿਵੇਂ ਬੰਦਾ ਹੋ ਜਾਂਦਾ ਵੀ ਯਾਰ ਇੱਕ ਵਾਰੀ ਵੀ ਕਿੱਧਰੋਂ ਆ ਗਏ ਆ ਜਾਂ ਹਨਾ ਕਿਵੇਂ ਆ ਵੀ ਤੁਹਾਡੇ ਹੱਥ 'ਚ ਮਾਈਕ ਆ ਉੱਧਰੋਂ ਗੁਰਪ੍ਰੀਤ ਵੀਰਾ ਲਾਈਵ ਆ ਹਨਾ ਵੀਰੇ ਕੋਲ ਕੈਮਰਾ ਵੀ ਨਰਵਸ ਜਿਹੇ ਤਾਂ ਇੱਕ ਵਾਰੀ ਹੋਏ ਸੀਗੇ ਵੀ ਯਾਰ ਕਿੱਧਰੋਂ ਆ ਗਏ ਹਨਾ ਪਰ ਸਾਨੂੰ ਯਾਰ ਵੀਰੇ ਕੋਈ ਡਰ ਨਹੀਂ ਕੋਈ ਚੋਰ ਨਹੀਂ ਕੋਈ ਕੁਛ ਨਹੀਂ ਗਾ ਆਪਾਂ ਸਿੱਧਾ ਗੇਟ ਖੋਲਤਾ ਤੁਹਾਨੂੰ ਸਿੱਧਾ ਤੁਸੀਂ ਅੰਦਰ ਗਏ ਹੋ ਜਾਂ ਤਾਂ ਹੋਵੇ ਤੁਹਾਡੇ ਨਾਲ ਕੋਈ ਜਿੱਦ ਬਹਿਸ ਕੀਤੀ ਹੋਵੇ ਗੇਟ ਨਾ ਖੋਲਿਆ ਹੋਵੇ ਫਿਰ ਵੀ ਆ ਆਪਾਂ ਤੁਹਾਨੂੰ ਜੇ ਕੋਈ ਵੀਰੇ ਸਾਡੇ 'ਚ ਚੋਰ ਨਹੀਂ ਸੀ ਗੇਟ ਖੋਲਤਾ ਤੁਸੀਂ ਅੰਦਰ ਗਏ ਹੋ ਯਾਰ ਸੋ ਇੱਥੇ ਅਸੀਂ ਅੱਜ ਆਏ ਸੀ ਕਿਉਂਕਿ ਪਿਛਲੇ ਦਿਨ ਇੱਕ ਵੀਡੀਓ ਆਉਂਦੀ ਉਸ ਵੀਡੀਓ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਥੱਲੇ ਕਮੈਂਟ ਆਉਂਦੇ ਆ ਕਿ ਯਾਰ ਇੱਥੇ ਤਸ਼ੱਦਦ ਹੁੰਦਾ ਇੱਥੇ ਇੱਦਾਂ ਦਾ ਕੁਛ ਜਿਹੜਾ ਇੱਥੇ ਹੁੰਦਾ ਗਾ ਪਰ ਜਦੋਂ ਆ ਕੇ ਜਿੰਨੇ ਕੁ ਲੋਕ ਆ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਇੱਥੇ ਹਾਲਾਂਕਿ ਇੱਦਾਂ ਦਾ ਕੁਛ ਦੇਖਣ ਨੂੰ ਨਹੀਂ ਮਿਲਿਆ ਅਸੀਂ ਪਹਿਲਾਂ ਇੱਕ ਵਾਰੀ ਫਿਰ ਦੱਸ ਦਈਏ ਕਿ ਇੱਥੇ ਅਸੀਂ ਕੁਛ ਵੀ ਇਹ ਚੀਜ਼ ਨਹੀਂ ਦੱਸਣ ਦੀ ਇਹ ਚੀਜ਼ ਅਸੀਂ ਕੁਛ ਵੀ ਨਹੀਂ ਦੱਸਿਆ ਸੀ ਬਾਈ ਹੋਰਾਂ ਨੂੰ ਕਿ ਅਸੀਂ ਭਾਈ ਪਹਿਲਾਂ ਇੱਥੇ ਆਵਾਂਗੇ ਜਾਂ ਕਿੱਦਾਂ ਦਾ ਵੀ ਆ ਅਸੀਂ ਇੱਕਦਮ ਅਸੀਂ ਜਿਹੜੇ ਆ ਇੱਕਦਮ ਅਸੀਂ ਇੱਥੇ ਆਏ ਸੀ ਆ ਬਾਈ ਜੀ ਹੋਰੇ ਨਾਲ ਨੇ ਇੱਥੇ ਦੇਖ ਸਕਦੇ ਇੱਕ ਛੋਟੀ ਜਿਹੀ ਜਿੰਮ ਜਿਹੜੀ ਆ ਇਹ ਡਿਵੈਲਪ ਕੀਤੀ ਗਈ ਆ ਇੱਥੇ ਇਹ ਵੀ ਗੱਲ ਆ ਕਿ ਬਾਈ ਹੋਰੇ ਜਿਹੜੇ ਠੀਕ ਹੋ ਕੇ ਗਏ ਆ ਉਹ ਵੀ ਆਏ ਸੀ ਅਸੀਂ ਉਹ ਵੀ ਤੁਹਾਨੂੰ ਦਿਖਾਇਆ ਕਿ ਬਾਈ ਹੋਰੇ ਜਿਹੜੇ ਠੀਕ ਹੋ ਕੇ ਆਏ ਆ ਅਸੀਂ ਇੱਥੇ ਇਸ ਚੀਜ਼ ਨੂੰ ਨਕਾਰਦੇ ਨਹੀਂ ਕਿ ਜਿਹੜੇ ਸੈਂਟਰ ਆ ਉਹਨਾਂ ਸੈਂਟਰਾਂ ਦੇ ਵਿੱਚ ਜਿਹੜਾ ਹੈਗਾ ਗਾ ਉਹਨਾਂ ਸੈਂਟਰਾਂ ਦੇ ਵਿੱਚ ਜਿਹੜਾ ਹੈ ਤਸ਼ੱਦਦ ਨਹੀਂ ਕੀਤਾ ਜਾਂਦਾ ਪਰ ਅਸੀਂ ਇੱਕ ਸੈਂਟਰ ਦੇ ਵਿੱਚ ਆ ਕੇ ਇਹ ਚੀਜ਼ ਦੱਸੀ ਜ਼ਰੂਰ ਅੱਛਾ ਬਾਈ ਇੱਕ ਮਿੰਟ ਕੋਟਲੀ ਅੱਛਾ ਬਾਈ ਇੱਕ ਚੀਜ਼ ਦੱਸਿਓ ਉਹਦੇ ਇੱਕ ਕਮੈਂਟ ਬੜੇ ਥੱਲੇ ਆਏ ਸੀ ਕਹਿੰਦੇ ਯਾਰ ਕੋਟਲੀ ਨੇ ਸ਼ਾਇਦ ਪੈਸੇ ਲੈ ਕੇ ਇਹ ਪ੍ਰਮੋਸ਼ਨ ਕਰਵਾਈ ਸੀ ਨਹੀਂ ਬਾਈ ਜੀ ਨਹੀਂ ਇੱਕ ਰੁਪਈਆ ਨਹੀਂ ਲਿਆ ਆਪਾਂ ਸੋਮ ਪਹਿਲਾਂ ਖਾ ਕੇ ਟੇ ਆ ਵੀ ਆਪਾਂ ਦੋ ਮੁੰਡੇ ਆ ਮੇਰੇ ਸਾਡੇ ਤਰਨਾ ਕੇ ਲੈਂਦੇ ਆ ਦੇਖ ਕੋਈ ਮਰਜ਼ੀ ਕਹੀ ਜਾਵੇ ਇੱਕ ਜਵਾਕ ਮੇਰੇ ਆ ਦੋ ਬਾਈ ਦੇ ਆ ਠੀਕ ਹੈ ਵੀ ਮੈਨੂੰ ਲੱਗਦਾ ਜੇ ਇੱਕ ਰੁਪਈਆ ਵੀ ਹੋਵੇ ਕਿਸੇ ਬਾਈ ਇੱਕ ਰੁਪਈਆ ਨੂੰ ਦਿੱਤਾ ਆਪਾਂ ਸੌਂਹ ਖਾਂਦੇ ਹਾਂ ਆਪਾਂ ਝੂਠ ਨਹੀਂ ਬੋਲਾਂਗੇ ਸਿਰਫ ਜਿਹੜੇ ਹੈਗਾ ਨਾ ਸਿਰਫ ਇਹ ਕੰਮ ਕਰਨ ਵਾਸਤੇ ਵੀ ਯਾਰ ਲੋਕਾਂ ਨੂੰ ਤੈਨੂੰ ਪਤਾ ਗਰੇਵਾਲ ਕਦੇ ਤਾਂ ਆਪਾਂ ਜਿਹੜਾ ਚਿੱਟਾ ਫੜਦੇ ਭੁੰਦੜੋਂ ਠੀਕ ਆ ਕਿਤੇ ਸਾਡੇ ਪਿੰਡ ਅਸੀਂ ਫੜਿਆ ਗੋਲੀਆਂ ਵੱਜੀਆਂ ਠੀਕ ਆ ਆਪਾਂ ਤਾਂ ਇਹ ਹੁੰਦਾ ਵੀ ਯਾਰ ਲੋਕ ਕਿਵੇਂ ਛੱਡਦੇ ਆ ਜਾਂ ਕਿਵੇਂ ਹੁੰਦਾ ਵੀ ਜਿਹੜੀ ਚੀਜ਼ ਚੰਗੀ ਆ ਉਹ ਦਿਖਾਓ ਇੱਥੇ ਸਾਨੂੰ ਪਤਾ ਸੀਗਾ ਗੁਰਪ੍ਰੀਤ ਨੇ ਮੈਨੂੰ ਦੱਸਿਆ ਵੀ ਜਿਹੜਾ ਹੈਗਾ ਇਹਦੀ ਇੰਟਰਵਿਊ ਕਰਨ ਆਇਆ ਸੀਗਾ ਗੁਰਪ੍ਰੀਤ ਕਹਿੰਦਾ ਵੀ ਸਾਡਾ ਵੀ ਉੱਥੇ ਸੈਂਟਰ ਆ ਬਹੁਤ ਵਧੀਆ ਚੱਲਦਾ ਠੀਕ ਹੈ ਅਤੇ ਵੀ ਤੂੰ ਉਹ ਜੇ ਦੁਨੀਆਂ ਨੂੰ ਦਿਖਾਵੇਂ ਤਾਂ ਜ਼ਿਆਦਾ ਵਧੀਆ ਹੈ ਨਾ ਪਰ ਮੈਥੋਂ ਇੱਕ ਗਲਤੀ ਹੋਈ ਮੈਂ ਗੁਰਪ੍ਰੀਤ ਨੂੰ ਕਹਿੰਦਾ ਮੈਂ ਕਿਹਾ ਮੈਂ ਆਉਣਾ ਤੇਰੇ ਕੋਲ ਠੀਕ ਹੈ ਮੈਂ ਜਾਣਾ ਇਹ ਜਿਹੜਾ ਹੈਗਾ ਆ ਗਿਆ ਇਹਨਾਂ ਨੂੰ ਮੇਰੇ ਆਉਣ ਤੋਂ ਪਹਿਲਾਂ ਪਤਾ ਸੀਗਾ ਲਗਭਗ ਅੱਧਾ ਘੰਟਾ ਪਹਿਲਾਂ ਪਤਾ ਹੋ ਗਿਆ ਵੀ ਹਾਂ ਯਾਰ ਕਿਉਂਕਿ ਪਤਾ ਕੀ ਹੈ ਕਿਉਂਕਿ ਮੈਨੂੰ ਲੋਕੇਸ਼ਨ ਹੀ ਪਤਾ ਸੀ ਮੈਨੂੰ ਸਿਰਫ
तो वह चीज़ दिखाई जो इतने दिखाने वास्ते मैं आया, ठीक है, हो सकता इन्होंने भी 10 मिनट इन्होंने आसे पासे कर लिया हो सारा काम, पर तू देख गरेवाल अज आप आए हाँ, पता नहीं उन्होंने किस्म चंकी है, पता नहीं की है तेरे सामने जान सार आप सीधा बड़े हाँ, गेट खिलाया अंदर हजे भी क्लास चली जाती है, अंदर बंदे बैठे कुदरती आ बंदे आप तो पुछ लें, हो सकता बहुत ज़्यादा सेंटर ये धांधली होंगी हो, ठीक है, पर जितों तक आप अखी देखे, ठीक है, तो यार मैनू लगता नहीं गा भी इतने कुछ हों, बाकी जोड़ा है देख लो आ बई का अखा दस दें बई ए तलाशी लवा दी लोगों ने लाई बेइज्जती की साफ, तो बई ने तलाशी ली मेरी, ठीक है, दोनों जेबा वेखो ये आउट जेब वेखो थली जेब वेखो, ठीक है, मैं वो भी दी क्यों भी बई कोर्ट इल्जाम लगते पे आ ਬਈ ਯਾਰ ਕੋਰਟ ਨੇ ਸ਼ਾਇਦ ਪਹਿਲੇ ਇਹਨਾਂ ਦੀ ਕੀਤੀ ਆ, ਇਹ ਇਲਜ਼ਾਮ ਕੋਰਟ ਲਈ ਤੇ ਨਹੀਂ ਇਲਜ਼ਾਮ ਵੱਡੇ ਮੀਡੀਆ ਤੇ ਵੀ ਸੀ ਕਿ ਤੁਹਾਡੇ ਤੇ ਵੀ ਲੱਗਿਆ ਮੀਡੀਆ ਤੇ ਵੀ ਲੱਗਿਆ ਮੀਡੀਆ ਤੇ ਵੀ ਇਹ ਚੀਜ਼ ਸੀਗੀ, ਹਾਲਾਂਕਿ ਇਹ ਚੀਜ਼ ਨੂੰ ਨਕਾਰਦੇ ਨਹੀਂ ਕਿ ਸਭ ਜਿਹੜੇ ਸੈਂਟਰ ਉਹਨਾਂ ਦੇ ਵਿੱਚ ਕੁੱਟ ਮਾਰਨੀ ਦੀ ਹੁੰਦੀ ਹੋਊਗੀ। ਬਾਈ ਜੀ ਮੈਂ ਦੱਸਿਆ ਪਹਿਲੀ ਗੱਲ ਤਾਂ ਇਹ ਆ ਜਿੰਨੇ ਪੰਜਾਬ 'ਚ 17 ਸਾਲ ਹੋ ਗਏ ਮੇਰੇ ਸੈਂਟਰ ਨੂੰ, ਜਿੰਨੇ ਸੈਂਟਰ ਖੁੱਲ੍ਹੇ ਹੋਏ ਜ਼ਿਆਦਾਤਰ ਮੁੰਡੇ ਇੱਥੋਂ ਲਾਈ ਲੈ ਗਏ ਆ, ਠੀਕ ਆ, ਇਹ ਬਾਈ ਜੀ ਹੋ ਤੁਹਾਨੂੰ ਪਤਾ ਵੀ ਕੰਮ ਦੇ ਵਿੱਚ ਹੋ ਜਾਂਦੀ ਆ, ਬਾਕੀ ਜਿਹੜੇ ਮੁੰਡੇ ਉਹ ਆ ਜਿਹੜੇ ਬਿਆਨ ਕਰ ਰਹੇ ਆ ਜਿਹੜੇ ਨਸ਼ਾ ਖੁੱਦ ਕਰਕੇ ਛੱਡ ਕੇ ਜਾ ਚੁੱਕੇ ਸੀ ਹੁਣ ਨਸ਼ਾ ਕਰ ਰਹੇ ਆ। ਇੱਥੇ ਅਸੀਂ ਆਏ ਅਸੀਂ ਅਚਨਚੇਤ ਛਾਪਾ ਮਾਰਿਆ। ਮੈਂ ਇੱਕ ਵਾਰੀ ਫਿਰ ਦੱਸਦਾ ਕਿ ਅਚਨਚੇਤ ਛਾਪਾ ਮਾਰਨ ਦਾ ਜਿਹੜਾ ਕਾਰਨ ਮੇਨ ਸੀ ਉਹ ਇਹੀ ਸੀ ਕਿ ਜਿੱਦਾਂ ਦੇ ਕਮੈਂਟ ਲੋਕਾਂ ਵੱਲੋਂ ਦਿੱਤੇ ਜਾ ਰਹੇ ਸੀ, ਜਿੱਦਾਂ ਦੀ ਤਸਵੀਰ ਲੋਕਾਂ ਵੱਲੋਂ ਇੱਕ ਸੈਂਟਰਾਂ ਦੀ ਬਣਾਈ ਹੋਈ ਆ ਕਿ ਸੈਂਟਰਾਂ ਦੇ ਵਿੱਚ ਇੱਦਾਂ ਦਾ ਕੁਛ ਹੁੰਦਾ ਹੈ, ਪਰ ਜਦੋਂ ਅਸੀਂ ਆਏ ਸਾਨੂੰ ਇੱਥੇ ਇੱਦਾਂ ਦਾ ਕੁਛ ਤਸਵੀਰ ਇੱਦਾਂ ਦੀ ਕੁਝ ਦੇਖਣ ਨੂੰ ਨਹੀਂ ਮਿਲੀ, ਕਿਉਂਕਿ ਚਲੋ ਪਿਛਲੀ ਵਾਰ ਮੰਨਦੇ ਕਿ ਜੇਕਰ ਕਿਸੇ ਨੂੰ ਆਪਾਂ ਦੱਸ ਕੇ ਆਵਾਂਗੇ ਤਾਂ ਸ਼ਾਇਦ ਕਵਰ ਕੀਤਾ ਜਾ ਸਕਦਾ, 10 ਮਿੰਟਾਂ ਦੇ ਵਿੱਚ 15 ਮਿੰਟਾਂ ਦੇ ਵਿੱਚ ਕਵਰ ਕੀਤਾ ਜਾ ਸਕਦਾ, ਪਰ ਜਦੋਂ ਅਸੀਂ ਆਏ ਹਾਂ ਐਂਟਰੀ ਕੀਤੀ ਉਸ ਤੋਂ ਬਾਅਦ ਜਦੋਂ ਅਸੀਂ ਅੰਦਰ ਗਏ ਹਾਂ ਤਾਂ ਉੱਥੇ ਸਿਰਫ ਇੱਕ ਜਿਹੜੀ ਆ ਕਲਾਸ ਉਹ ਜਿਹੜੀ ਆ ਚੱਲ ਰਹੀ ਸੀ, ਅਤੇ ਨੌਜਵਾਨਾਂ ਦੇ ਨਾਲ ਵੀ ਜਿਹੜੀ ਆ ਗੱਲਬਾਤ ਕਰਵਾਈ ਆ ਨੌਜਵਾਨਾਂ ਦੇ ਨਾਲ ਕਿ ਜਿਹੜੇ ਨੌਜਵਾਨ ਜਿਹੜੇ ਆ ਦੱਸ ਰਹੇ ਸੀ ਕਿ ਅਸਲ ਦੇ ਵਿੱਚ ਅਸਲੀਅਤ ਕੀ ਆ ਕਿ ਅਸੀਂ ਕਿਵੇਂ ਨਸ਼ਾ ਛੱਡਿਆ ਇਸ ਸੈਂਟਰ ਦੇ ਵਿੱਚ ਅਸੀਂ ਕਿਵੇਂ ਨਸ਼ਾ ਛੱਡਿਆ, ਨੌਜਵਾਨ ਆ ਨੌਜਵਾਨ ਦੇ ਨਾਲ ਵੀ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ। ਅਸੀਂ ਆਪਸ ਦੇ ਵਿੱਚ ਮਿਲ ਕੇ ਇਕੱਠੇ ਰਹਿ ਕੇ ਹੀ ਠੀਕ ਰਹਿ ਸਕਦੇ ਹਾਂ। ਜਿਹੜੇ ਮੁੰਡੇ ਇੱਥੋਂ ਟ੍ਰੀਟਮੈਂਟ ਲੈ ਕੇ ਜਾਂਦੇ ਆ ਜਾ ਕੇ ਜਿਹੜੇ ਮੁੰਡਿਆਂ ਨੇ ਮਤਲਬ ਮੇਰੇ ਵਰਗੇ ਨੇ ਛੱਡਿਆ ਹੋਇਆ, ਠੀਕ ਹੈ, ਉਹ ਸਾਡੇ ਨਾਲ ਕੰਟੈਕਟ ਨਹੀਂ ਕਰਦੇ ਗੇ, ਉਹ ਆਪਣੇ ਉਹਨਾਂ ਪੁਰਾਣੇ ਜਿਹੜੇ ਯੂਜਿੰਗ ਪਾਰਟਨਰ ਹੁੰਦੇ ਆ ਉਹਨਾਂ ਦੇ ਵਿੱਚ ਦੁਬਾਰਾ ਫਿਰ ਜਾਣ ਲੱਗ ਜਾਂਦੇ ਆ। ਅਸੀਂ ਨਸ਼ੇ ਤੋਂ ਦੂਰ ਰਹਿਣ ਦੇ ਲਈ ਸਾਰੇ ਆਪਣਾ ਹਫ਼ਤੇ ਦੇ ਵਿੱਚ 1 ਦਿਨ 2 ਦਿਨ ਇਕੱਠੇ ਹੁੰਦੇ ਹਾਂ, ਜੇ ਕੋਈ ਮਨ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਕੋਈ ਥੋਟ ਚੱਲਦਾ ਨਸ਼ੇ ਦਾ ਆਪਦੇ ਵਿੱਚ ਸ਼ੇਅਰ ਕਰਕੇ ਥਰੂ ਹੁੰਦੇ ਹਾਂ। ਹਾਂਜੀ ਹਾਂਜੀ ਸੋ ਇਹ ਤਸਵੀਰਾਂ ਜਿਹੜੀਆਂ ਤੁਸੀਂ ਅੱਜ ਦੇਖੀਆਂ ਨੇ ਤਸਵੀਰਾਂ ਆ ਰਹੀਆਂ ਵੀ ਟੈਲੀਵਿਜ਼ਨ ਦੇ ਮਾਧਿਅਮ ਦੇ ਜ਼ਰੀਏ, ਕਿਉਂਕਿ ਮੀਡੀਆ ਦਾ ਨਾ ਇੱਕ ਕੰਮ ਹੁੰਦਾ ਹੈ ਕਿ ਕਿਤੇ ਵੀ ਚੀਜ਼ 'ਤੇ ਜੇ ਸਵਾਲੀਆ ਚਿੰਨ ਉੱਠਦਾ ਆ ਹਰ ਕਿਤੇ ਗਲਤ ਬਹੁਤ ਕੁਛ ਹੋ ਰਿਹਾ ਆ ਤਾਂ ਉਸ ਗਲਤ ਤੋਂ ਪਰਦਾ ਜ਼ਰੂਰ ਚੱਕਿਆ ਜਾਵੇ, ਤਾਂ ਜੋ ਇਹ ਜਿਹੜਾ ਛਾਪਾ ਸੀ ਅੱਜ ਅਸੀਂ ਬਿਨਾਂ ਦੱਸੇ ਛਾਪਾ ਮਾਰਿਆ ਸੀ ਤਾਂ ਜੋ ਪਤਾ ਲੱਗ ਸਕੇ ਕਿ ਯਾਰ ਅੰਦਰਲੀ ਅਸਲੀਅਤ ਕੀ ਆ, ਕਿਉਂਕਿ ਜਿਹੜੇ ਇੱਥੇ ਆਏ ਨੇ ਮਾਵਾਂ ਦੇ ਪੁੱਤ ਦੁਖੀ ਹੋ ਕੇ ਆਏ ਨੇ, ਜੇ ਕਿਸੇ ਮਾਂ ਨੇ ਆਪਣੇ ਪੁੱਤ ਨੂੰ ਭੇਜਿਆ ਤਾਂ ਦੁਖੀ ਕਰਕੇ ਭੇਜਿਆ ਆ ਕਿ ਉਹ ਉਹਨਾਂ ਦੇ ਪੱਲਿਓਂ ਪੈਸੇ ਜਾ ਰਹੇ ਸੀ, ਉਹਨਾਂ ਦਾ ਘਰ ਬਰਬਾਦ ਹੋ ਰਿਹਾ ਸੀ ਤਾਂ ਜੋ ਬਰਬਾਦੀ ਤੋਂ ਬਚਾਇਆ ਜਾ ਸਕੇ। ਪਰ ਜੇਕਰ ਸੈਂਟਰਾਂ ਦੇ ਵਿੱਚ ਇੱਦਾਂ ਦਾ ਕੁਛ ਹੁੰਦਾ ਤਾਂ ਉਹ ਗਲਤ ਆ, ਪਰ ਇੱਥੋਂ ਦੀ ਤਸਵੀਰ ਜਿਹੜੀ ਆ ਤੁਹਾਨੂੰ ਅਸੀਂ ਲਾਈਵ ਦਿਖਾਈ ਆ, ਇੱਦਾਂ ਦਾ ਕੁਛ ਸਾਨੂੰ ਇੱਥੇ ਦੇਖਣ ਨੂੰ ਨਹੀਂ ਮਿਲਿਆ। ਕਲਾਸ ਸੀ ਜਦੋਂ ਅਸੀਂ ਅੰਦਰ ਐਂਟਰ ਹੁੰਦੇ ਹਾਂ ਕਲਾਸ ਜਿਹੜੀ ਆ ਉਹ ਲੱਗ ਰਹੀ ਸੀ, ਹਾਲਾਂਕਿ ਪੂਰਾ ਸਫਾਈ ਦਾ ਪ੍ਰਬੰਧ ਸੀ। ਇੱਥੋਂ ਦੇ ਨੌਜਵਾਨਾਂ ਨੇ ਜਿਹੜੇ ਵੀ ਇੱਥੋਂ ਦੇ ਮਰੀਜ਼ ਆ ਉਹਨਾਂ ਦੇ ਦੱਸਣ ਦੇ ਮੁਤਾਬਕ ਇੱਥੇ ਸਫਾਈ ਕਰਨ ਦੇ ਲਈ ਵੀ ਸਫਾਈ ਸੇਵਕ ਜਿਹੜੇ ਆ ਉਹ ਆਉਂਦੇ ਆ। ਅੱਛਾ ਬਾਈ ਠੀਕ ਆ, ਤੂੰ ਲੱਗਿਆ ਮੇਰਾ ਸਾਲਾ ਠੀਕ ਆ, ਚੱਲ ਸਕੀਮ ਪਾ ਦੇ ਤੂੰ, ਚੱਲ ਚੱਲਦੇ ਲਾਈਵ 'ਚ, ਲਾਈਵ ਲਾਈਵ ਚੱਲੇਗਾ। ਹਾਂਜੀ ਹਾਂਜੀ ਮੈਂ ਲਾਇਆ ਤੇ 3 ਮਹੀਨੇ ਠੀਕ ਆ ਇੱਥੇ ਬਈ ਚਿੜੀ ਵੀ ਮੈਂ ਕਿਸੇ ਨੂੰ ਪੂਰਾ ਐ ਨਹੀਂ ਕੁੱਟ ਮਾਰ ਕੁਛ ਨਹੀਂ ਹੁੰਦਾ ਗਾ ਠੀਕ ਆ ਸਾਡਾ ਵਾੜਾ ਕਿਸੇ ਨੂੰ ਪੂਰਾ ਦਾ ਮੁੰਡਾ ਬੂਟਾ ਜਿਹੜਾ ਘਰੇ ਇੰਨਾ ਬੁਰਾ ਸੀ ਐ ਟਾਈਮ ਉਹ ਬੰਦੇ ਦੀ ਜ਼ਿੰਦਗੀ ਬਦਲੀ ਆਪਦੇ ਸੈਂਟਰ ਉਹ ਬੰਦੇ ਠੀਕ ਆ ਹੈਪੀ ਮੁੰਡਾ ਕੋਟ ਪੂਰੇ ਤੋਂ ਪੂਰਾ ਗਾਉਂਡਰ ਸੀਗਾ ਅੱਛਾ ਉਹ ਬੰਦੇ ਦੀ ਜ਼ਿੰਦਗੀ ਬਦਲੀ ਉਹਦਾ ਸੈਂਟਰ ਰਾਸਤਾ ਮਲਕ ਅੱਛਾ ਅੱਛਾ ਬਾਈ ਇਹ ਗੱਲ ਸੱਚੀ ਹੈ ਜਿਵੇਂ ਬਾਈ ਕਹਿੰਦਾ ਇੱਕ ਮਿੰਟ ਬਾਈ ਹੋਲਡ ਰੱਖੀ ਇਹ ਜਿਹੜੀ ਗੱਲ ਸੱਚੀ ਹੈ ਵੀ ਤੁਹਾਡੇ ਤੋਂ ਟ੍ਰੀਟਮੈਂਟ ਲੈ ਕੇ ਕਈ ਮੁੰਡੇ ਨੇ ਸੈਂਟਰ ਖੋਲ੍ਹੇ ਹਾਂਜੀ ਬਾਈ ਜੀ ਕਿੰਨੇ ਕੁ ਜਾਣੇ ਜਿਹੜਾ ਹੈਗਾ ਤੁਹਾਡੇ ਤੋਂ ਪ੍ਰਭਾਵਿਤ ਹੋ ਕੇ ਸੈਂਟਰ ਖੋਲ੍ਹੇ ਆ ਜੀ 20-25 ਸੈਂਟਰ ਬਾਈ ਹੈਗੇ ਆ ਮਤਲਬ ਕਿ 20-25 ਸੈਂਟਰਾਂ ਦਾ ਜਿਹੜਾ ਹੈਗਾ ਮਤਲਬ ਕਿ ਤੁਸੀਂ ਤੁਹਾਡੇ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਹੈਗੇ ਲੱਗੇ ਆ ਹਾਂਜੀ ਬਾਈ ਜੀ ਹਾਂਜੀ ਇੱਥੋਂ ਪਹਿਲਾਂ ਲਾਈਵ ਲੈ ਗਏ ਆ ਫਿਰ ਨਾਲ ਜੁੜੇ ਰਹੇ ਆ ਅੱਜ ਦੀ ਘੜੀ ਬਾਈ ਮੈਂ ਨਾ ਨਹੀਂ ਬਾਈ ਲੈ ਸਕਦਾ ਆਪਦੀ ਮੂੰਹ ਫਿਰ ਉਹ ਮੇਰੀ ਆਪਦੀ ਆ ਜਾਂਦੀ ਆ ਨਹੀਂ ਬਾਈ 17 ਸਾਲ ਹੋ ਗਏ ਬਾਈ ਮੈਨੂੰ ਅੰਦਰ ਆ ਬਈ ਗਰਮੀ ਇੱਥੇ ਧੁੱਪੇ ਖੜੇ ਹੋ ਹਾਂਜੀ ਹਾਂ ਠੀਕ ਆ ਬਾਈ ਕਿਸੇ ਨੂੰ ਫਿਰ ਕਹਿ ਦੇਣਗੇ ਪਸੀਨਾ ਆ ਜਾਂਦਾ ਹਾਂ ਫਿਰ ਕਹਿ ਦੇਣਗੇ ਪਸੀਨਾ ਆ ਜਾਂਦਾ ਹੈ
ਜਿੰਨੇ ਮੂੰਹ ਨੇ ਗੱਲਾਂ ਹਾਂ ਧੁੱਪੇ ਬਾਈ ਖਿਡਾ ਰੱਖਿਆ ਤੁਹਾਡਾ ਦਿਖਾ ਦਿਓ ਸੂਰਜ ਦਿਖਾ ਦਿਓ ਨਾ ਮਾੜਾ ਸੂਰਜ ਪਈ ਜਾਂਦਾ ਅੱਖਾਂ 'ਚ ਅਤੇ ਗੁਰਪ੍ਰੀਤ ਕੋਟਲੀ ਆਊਗਾ ਅਤੇ ਤੁਹਾਡੇ ਦੇਖਾਂਗੇ ਕਿੰਨਾ ਕੁ ਜਿਹੜਾ ਹੈਗਾ ਉੱਥੇ ਸਾਰੀਆਂ ਚੀਜ਼ਾਂ ਚੱਲਦੀਆਂ ਠੀਕ ਆ ਪਰ ਆਪਾਂ ਜਿੰਨਾ ਕੁ ਹੈਗਾ ਯਾਰ ਜਿੰਨਾ ਬਾਈ ਦਾ ਸਾਰੇ ਪਾਸੇ ਦੇਖਿਆ ਜਾਂ ਇੱਥੇ ਆਪਾਂ ਜਿੰਨਾ ਕੁ ਮੈਂ ਦੇਖਿਆ ਪਹਿਲਾਂ ਤਾਂ ਮੈਂ ਕਦੇ ਲਾਈਵ ਦੇ ਵਿੱਚ ਕਿਹਾ ਨਹੀਂ ਪਰ ਫਿਰ ਬਹੁਤ ਜਿਹੜਾ ਹੈਗਾ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਗਰਿਆਲ ਸਾਹਿਬ ਵੀ ਜਿੰਨਾ ਕੁ ਆਪਾਂ ਅੱਖਾਂ ਅੱਖੀਂ ਦੇਖਿਆ ਵੀ ਇਹ ਸੈਂਟਰ ਦੇ ਵਿੱਚ ਉਸ ਤਰ੍ਹਾਂ ਦਾ ਕੁਛ ਨਹੀਂ ਜਿਸ ਤਰ੍ਹਾਂ ਦੇ ਐਲੀਗੇਸ਼ਨ ਸੀਗੇ ਹੈ ਨਾ ਹਾਂ ਲੋਕਾਂ ਦੇ ਦੁਨੀਆਂ ਸੈਂਟਰਾਂ 'ਚ ਹੋ ਸਕਦੇ ਆ ਇੱਕ ਮਿੰਟ ਦੀ ਰਿਕਾਰਡਿੰਗ ਵੀ ਪਈ ਆਪਣੇ ਕੋਲ ਜਿਹੜਾ ਤੂੰ ਜਦੋਂ ਤੂੰ ਕਿਹਾ ਸੀਗਾ ਹੈ ਨਾ ਜਿਹੜਾ ਤੈਨੂੰ ਪਤਾ ਲਗਾਤਾਰ ਫੋਨ ਆਈ ਜਾਂਦੇ ਸੀਗੇ ਠੀਕ ਆ ਅਤੇ ਆਪਾਂ ਰਿਕਾਰਡਿੰਗਾਂ ਵੀ ਕੀਤੀਆਂ ਉਹ ਦੱਸ ਰਿਹਾ ਸੀ ਬਈ ਆਹ ਹੁੰਦਾ ਤੂੰ ਉੱਥੇ ਜਾ ਕੇ ਦੇਖ ਲਈ ਯਾਰ ਤੈਨੂੰ ਤੈਨੂੰ ਮੇਰੇ 'ਤੇ ਯਕੀਨ ਨਹੀਂ ਹੈ ਨਾ ਜੋ ਵੀ ਹੈ ਉਹ ਵੀ ਤੁਸੀਂ ਨਾਲ ਚਲਾਉਣੀ ਹੈ ਵੀ ਜਿੱਥੋਂ ਆਪਾਂ ਚੱਲੇ ਹਾਂ ਹੈ ਨਾ ਵੀ ਯਾਰ ਆਪਣੇ ਕੋਲ ਵੀ ਜਿਹੜਾ ਹੈਗਾ ਲੋਕਾਂ ਦਾ ਸ਼ੰਕ ਆ ਹੈ ਨਾ ਸਾਡਾ ਮੀਡੀਆ ਚੌਥਾ ਥੰਮ ਆ ਆਪਾਂ ਸੋਚਦੇ ਹਾਂ ਯਾਰ ਜੇ ਆਪਾਂ ਨੂੰ ਪਰਮਾਤਮਾ ਨੇ ਕੋਈ ਚੀਜ਼ ਫੜਾਈ ਹੈ ਤਾਂ ਆਪਾਂ ਲੋਕਾਂ ਨੂੰ ਸਹੀ ਦਿਖਾਂਗੇ ਅਤੇ ਨਾ ਆਪਾਂ ਇੱਕ ਇਹ ਵੀ ਹੁੰਦਾ ਬਾਈ ਮੈਂ ਸੁਣਦਾ ਕਈ ਬੰਦੇ ਪੇਡ ਪਰਮਿਸ਼ਨ ਕਰ ਦਿੰਦੇ ਆ ਵੀ ਆ ਕੇ ਦਿਖਾ ਦਾ ਚੰਗਾ ਚੰਗਾ ਅਤੇ ਵੀ ਬੰਦੇ ਹੋ ਜਾਣਗੇ ਪਰ ਬਥੇਰਿਆਂ ਨੇ ਮੈਨੂੰ ਫੋਨ ਕੀਤਾ ਸੀਗਾ ਹਜੇ ਤੱਕ ਕਹਿੰਦੇ ਵੀ ਬਾਈ ਦੱਸੋ ਵੀ ਜਿਹੜਾ ਹੈਗਾ ਮਨਪ੍ਰੀਤ ਦਾ ਸੈਂਟਰ ਜਿਹੜਾ ਬਾਈ ਕਿਵੇਂ ਆ ਸਹੀ ਹੈ ਠੀਕ ਆ ਉਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਆਪਦਾ ਆਪ ਚੈੱਕ ਕਰੋ ਪਰ ਜਿੱਥੋਂ ਅੱਜ ਦੂਰੀ ਵਾਲੀ ਛਾਪਾ ਮਾਰ ਕੇ ਮੈਂ ਕਹਿ ਸਕਦਾ ਵੀ 100% ਸਹੀ ਹੈ ਹਜੇ ਤੱਕ ਜਿੰਨਾ ਆਪਾਂ ਦੇਖਿਆ ਠੀਕ ਆ ਜੇਕਰ ਕੋਈ ਜਿਹੜੇ ਯਾਰ ਮੇਰੇ ਇੱਕ ਗੱਲ ਆ ਜੇ ਹੁਣ ਕਮੈਂਟ ਹੀ ਕਰੀ ਜਾਂਦੇ ਬਿਨਾਂ ਗੱਲੋਂ ਹੈ ਨਾ ਉਹਦਾ ਤਾਂ ਫਿਰ ਮੈਂ ਕੀ ਕਰ ਸਕਦਾ ਕੋਈ ਬੰਦਾ ਪ੍ਰੂਫ ਲਿਆ ਦੇ ਆਹ ਚੀਜ਼ ਬਈ ਆਹ ਪਈ ਆ ਹੈ ਨਾ ਇੱਥੇ ਇੱਥੇ ਹੈਗੀ ਹੈ ਨਾ ਤਾਂ ਨਹੀਂ ਬਾਕੀ ਜਿਹੜੇ ਹਿਸਾਬ ਨਾਲ ਦੱਸੀ ਜਾਂਦਾ ਮੁੰਡਾ ਸਾਡੇ ਪਿੰਡ ਵਾਲੀ ਹੁਣ ਫੋਨ ਆਇਆ ਵਿੱਚ ਚੱਲਦੇ ਚੱਲਦੇ ਹੈ ਨਾ ਗਰਲਾਲ ਘਰ ਰਿਸ਼ਤੇਦਾਰ ਸੀਗਾ ਤਾਂ ਉੱਥੋਂ ਲੱਗਦਾ ਯਾਰ 20-25 ਜਾਣੇ ਤਾਂ ਬਈ ਨੂੰ ਦੇਖ ਕੇ ਜਿਹੜਾ ਸੈਂਟਰ ਚਲਾਇਆ ਹਾਂ 2005 ਦੇ ਵਿੱਚ ਜਿਵੇਂ ਉਹ ਦੱਸਦੇ ਆ ਵੀ ਬਈ 2005 ਦੇ ਵਿੱਚ ਰੂਲ ਰੈਗੂਲੇਸ਼ਨ ਨਹੀਂ ਸੀਗੇ 100-100 ਮੁੰਡਾ ਵੀ ਰੱਖਦੇ ਨੇ ਉਦੋਂ ਜਿਹੜਾ ਹੁੰਦਾ ਸੀਗਾ ਸੋਗਾ ਚੇਂਜ ਹੁੰਦੇ ਰਹਿੰਦੇ ਪਰ ਆਪਣਾ ਇਹ ਵੀ ਚਿੱਟੇ ਦਲਦਲ 'ਚੋਂ ਨਿਕਲ ਗਏ ਸਾਰੇ ਜਾਣੇ ਠੀਕ ਆ ਜੇ ਹੁਣ ਭਰਾ ਮੰਨ ਲਾ ਇੱਥੇ ਇਹ ਬਾਈ ਕੰਮ ਕਰ ਰਿਹਾ ਹੈ ਨਾ ਤਾਂ ਇਹਦਾ ਜਿਹੜਾ ਹੌਂਸਲਾ ਵਧਾਓ ਠੀਕ ਆ ਵੀ ਚੰਗਾ ਕਰ ਰਿਹਾ ਤਾਂ ਅਤੇ ਇਹਦੇ ਨਾਲੋਂ ਇਹ ਨਹੀਂ ਗਾ ਵੀ ਤੁਸੀਂ ਜਿਹੜਾ ਹੈਗਾ ਫਲਾਨਾ ਕਰੋ ਧਮਕਾ ਕਰ ਲਓ ਕੋਈ ਮੇਰੀ ਤਲਾਸ਼ੀ ਲਵੇ ਨਾ ਅਗਲਾ ਲੱਪੜ ਮਾਰੇ ਠੀਕ ਆ ਬਾਈ ਦਾ ਤਾਂ ਫਿਰ ਵੀ ਆਪਣੇ ਤੋਂ ਬਹੁਤ ਵੱਡਾ ਯਾਰ ਮੈਨੂੰ ਵੀ ਦੁੱਖ ਲੱਗਿਆ ਜਦੋਂ ਮੈਂ ਕਿਹਾ ਬਾਈ ਆਹ ਕਰਨਾ ਹੈ ਨਾ ਉਹਨੇ ਵਿਚਾਰੇ ਨੇ ਆਪਦਾ ਜਿਹੜਾ ਸਾਰਾ ਕੁਝ ਕੱਢ ਕੇ ਦੇਖ ਲਾ ਯਾਰ ਜਿਹੜਾ ਹੈਗਾ ਹੁਣ ਫਿਰ ਮੈਂ ਤੁਹਾਨੂੰ ਇਹੀ ਕਹਿਣਾ ਵੀ ਯਾਰ ਜਿੰਨਾ ਵੀ ਹੋਇਆ ਪਰ ਐਵੇਂ ਕਹਾਂ ਸੱਚਾ ਬੰਦਾ ਦੁਨੀਆਂ ਦੇ ਵਿੱਚ ਉਹਨੂੰ ਕੋਈ ਚੀਜ਼ ਲੁਕੋ ਨਹੀਂ ਸਕਦੀ ਹੈ ਨਾ ਅਤੇ ਚੰਗਾ ਹੈਗਾ ਵੀ ਠੀਕ ਆ ਯਾਰ ਇੱਥੇ ਕੋਈ ਚੱਕਰ ਨਹੀਂ ਫਿਰ ਵੀ ਮੈਂ ਹੁਣ ਮੈਂ ਰੋਕਣ ਵੀ ਰੈਕਮੈਂਡ ਕਰੂੰਗਾ ਵੀ ਤੁਸੀਂ ਉਹਦੇ ਕਾਰਨ ਜਿਹੜਾ ਹੈਗਾ ਕਈਆਂ ਨੂੰ ਨਹੀਂ ਪਤਾ ਹੋਣਾ ਦੀਪ ਸਿੱਧੂ ਦਾ ਪਿੰਡ ਆ ਇਹ ਠੀਕ ਆ ਅਤੇ ਇੱਥੇ ਜਿਹੜਾ ਸੈਂਟਰ ਹੈ ਜਿਹੜਾ ਹੈਗਾ ਵਧੀਆ ਸੈਂਟਰ ਆ ਯਾਰ ਦੂਜੇ ਨਾਲੋਂ ਐਡਾ ਕੋਈ ਚੱਕਰ ਨਹੀਂ ਕਈ ਜਿਹੜਾ ਹੈਗਾ ਪੁਰਾਣੀ ਸਾਡੀ ਯਾਰੀ ਵੀ ਆ ਦੂਜੇ ਬੰਦੇ ਨਾਲ ਹੈ ਨਾ ਜਿਹਦੇ ਨਾਲ ਅਤੇ ਉਹ ਪਰ ਕੀ ਆ ਵੀ ਇੱਕ ਸਾਡੀ ਆਪਾਂ ਕਹੀਏ ਜਿਹੜੀ ਲੜਾਈ ਆ ਇੱਕ ਉਹ ਹੋ ਸਕਦੀ ਆ ਵੀ ਕਿਸੇ ਵਿਚਾਰ ਦੀ ਹੋ ਸਕਦੀ ਹੈ ਨਾ ਅਤੇ ਬਾਈ ਨਾਲ ਮੇਰੇ ਸਾਡਾ 100 ਲਾਗਡਾਟ ਹੋ ਸਕਦੇ ਮਨਪ੍ਰੀਤ ਨਾਲ ਵੀ ਹੈ ਨਾ ਪਰ ਯਾਰ ਬਿਨਾਂ ਗੱਲੋਂ ਬਦਨਾਮ ਕਿਸੇ ਨੂੰ ਕਰਨਾ ਉਹ ਬਹੁਤ ਮਾੜੀ ਗੱਲ ਹੁੰਦੀ ਹੈ ਅਤੇ ਖਾਸ ਕਰ ਐਡੇ ਐਡੇ ਪਲੇਟਫਾਰਮਾਂ 'ਤੇ ਸੋ ਉਹ ਗੱਲ ਹੈ ਨਹੀਂ ਹੈ ਨਾ ਸੋ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖੀਆਂ ਨੇ ਤਸਵੀਰਾਂ ਤੁਸੀਂ ਦੇਖੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਜਿਹੜਾ ਸਾਫ਼ ਅਸੀਂ ਜਿਹੜੀ ਚੀਜ਼ ਆ ਹਰ ਇੱਕ ਤਸਵੀਰ ਜਿਹੜੀ ਆ ਉਹ ਸਾਫ਼ ਕੀਤੀ ਆ ਸੋ ਅੱਗੇ ਦੀ ਜਿਹੜੀ ਤਸਵੀਰ ਤੁਹਾਨੂੰ ਹੋਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅੰਦਰ ਵੱਲ ਨੂੰ ਫਿਰ ਜਿਹੜੇ ਅਸੀਂ ਅੰਦਰ ਵੱਲ ਨੂੰ ਚੱਲਦੇ ਅੰਦਰੋਂ ਜਾ ਕੇ ਜਿਹੜੀ ਅੰਦਰੋਂ ਤਸਵੀਰ ਦਿਖਾਵਾਂਗੇ ਤਸਵੀਰ ਦਿਖਾਉਣ ਦੀ ਜਿਹੜੀ ਆ ਅਸੀਂ ਕੋਸ਼ਿਸ਼ ਕਰਾਂਗੇ ਅੰਦਰ ਜਿਹੜੇ ਆ ਉਹ ਇਹ ਜਿਹੜਾ ਹੌਲ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਹੌਲ ਆ ਇਸ ਹੌਲ ਦੇ ਵਿੱਚ ਇਹਨਾਂ ਦੇ ਲਈ ਪੈਣ ਦਾ ਜਿਹੜਾ ਪ੍ਰਬੰਧ ਆ ਇਸ ਹੌਲ ਦੇ ਵਿੱਚ ਆ ਹੌਲ ਦੀ ਹਾਲਾਂਕਿ ਇੱਕ ਸਵਾਲ ਉੱਠਦਾ ਹੈ ਕਿ ਸਾਫ਼ ਸਫਾਈ ਦਾ ਪਰ ਸਾਫ਼ ਸਫਾਈ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਸਾਫ਼ ਸਫਾਈ ਕਿਵੇਂ ਦੀ ਆ ਸੋ ਲਾਈਵ ਕੋਟਲੀ ਮਾੜਾ ਸਾਈਡ ਇਹ ਟੀ ਸ਼ਰਟ ਅਸੀਂ ਮੁੰਡਾ ਉੱਥੋਂ ਉਠਾਇਆ ਉਹਦੀ ਟੀ ਸ਼ਰਟ ਦਿਖਾਈ ਆ ਕਿਉਂਕਿ ਆਖਿਆ ਜਾਂਦਾ ਕਿ ਡੰਡਿਆਂ ਦੇ ਨਾਲ ਕੁੱਟਿਆ ਜਾਂਦਾ ਆ ਜੇਕਰ ਡੰਡਿਆਂ ਦੇ ਨਾਲ ਕੁੱਟਿਆ ਜਾਂਦਾ ਹੁੰਦਾ ਤਾਂ ਸ਼ਾਇਦ ਨਿਸ਼ਾਨ ਇਸਦੇ ਢੂਈ ਦੇ ਉੱਪਰ ਜ਼ਰੂਰ ਹੋਣੇ ਸੀ ਜੇਕਰ ਡੰਡਿਆਂ ਦੇ ਨਾਲ ਕੁੱਟਿਆ ਜਾਂਦਾ ਹੁੰਦਾ ਇਹ ਤਸਵੀਰਾਂ ਜਿਹੜੀਆਂ ਨੇ ਇਹ ਸਾਨੂੰ ਕਮੈਂਟ ਆਇਆ ਕਮੈਂਟ ਤੋਂ ਬਾਅਦ ਕਿ ਯਾਰ ਤੁਸੀਂ ਟੀ ਸ਼ਰਟ ਨੂੰ ਉਠਾ ਕੇ ਦਿਖਾਓ ਤਾਂ ਜੋ ਸ਼ਾਇਦ ਨਿਸ਼ਾਨ ਹੋਣਗੇ ਕੁੱਟ ਦੇ ਪਰ ਕੁੱਟ ਦੇ ਨਿਸ਼ਾਨ ਜਿਹੜੇ ਇੱਥੇ ਕੋਈ ਵੀ ਸਾਨੂੰ ਨਜ਼ਰ ਨਹੀਂ ਆਇਆ ਸਾਫ਼ ਸਫਾਈ ਦੀ ਤਸਵੀਰ ਜਿਹੜੀ ਆ ਤੁਸੀਂ ਇੱਥੇ ਜਿਹੜੀ ਇਹ ਦੇਖ ਸਕਦੇ ਹੋ ਕੀ ਤਸਵੀਰ ਆ ਹਾਂ ਇੱਕ ਗੱਲ ਤੁਹਾਡੇ ਸਾਹਮਣੇ ਜ਼ਰੂਰ ਰੱਖਾਂ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਇੱਦਾਂ ਦੇ ਕਿਸੇ ਵੀ ਸੈਂਟਰ ਦੇ ਵਿੱਚ ਇੱਦਾਂ ਦਾ ਕੁਝ ਹੁੰਦਾ ਇਹ ਧਾਂਦਲੀ ਚੱਲਦੀ ਹੈ ਕਿਉਂਕਿ ਜੇਕਰ ਕਿਸੇ ਵੀ ਮਾਂ ਦਾ ਪੁੱਤ ਇੱਥੇ ਆਉਂਦਾ ਹੈ ਤਾਂ ਇੱਕ ਵਾਰੀ ਤਸਵੀਰ ਜਿਹੜੀ ਆ ਇੱਕ ਵਾਰੀ ਜ਼ਰੂਰ ਦਿਖਾ ਦਈਏ ਜਿੱਥੇ ਇਹਨਾਂ ਦਾ ਖਾਣਾ ਜਿਹੜਾ ਮੁੰਡਿਆਂ ਦਾ ਇੱਥੇ ਖਾਣਾ ਬਣਦਾ ਹੈ ਇਹ ਤਸਵੀਰ ਆ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇਹਨਾਂ ਦਾ ਮੁੰਡਿਆਂ ਦਾ ਖਾਣਾ ਬਣਦਾ ਹੈ ਕਿਚਨ ਦੀ ਤਸਵੀਰ ਆ ਅੰਦਰ ਵਾਲੀ ਕਿਚਨ ਦੀ ਤਸਵੀਰ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਮੈਂ ਗੱਲ ਕਰ ਰਿਹਾ ਕਿ ਜੇਕਰ ਕਿਸੇ ਵੀ ਤੁਹਾਨੂੰ ਲੱਗਦਾ ਹੈ ਕਿ ਕਿਤੇ ਵੀ ਧਾਂਦਲੀ ਚੱਲਦੀ ਹੈ ਕਿਸੇ ਸੈਂਟਰ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਹਰ ਸੈਂਟਰ ਨੂੰ ਅਸੀਂ
पर जिथे थोनू लगता है कि धांधली चलती है तुम सू दस सकते हो, अं जरूर उत्थे आके उत्थे जाके पहुँचा करा, पहुँच करके उत्थे छापा मारन की कोशिश करा तो जेकर मापे अपने पुतों भेज दिया तो भेज दे, इस लिए कि सुधार हो सके कि साढ़े पुत जोड़े सुधर सकन, पर जो इदा का कुछ थोड़ू देखने जेकर मिलेगा तो वह गलत है। सो इदा रिपोर्ट्स लैके हाजिर होंगे रहा हूँ अपने दोस्त जस करेवाल इजाजत देखते रहो आर एम बी टैलीविजन। धन्यवाद जी। हाँ क्योंकि पता की है कोटली, आप जो दस के आए होंगे फिर गल होर सी, आप डायरैक्टली आए हैं गड्डी च उतरे आप नौ किया, उस तो बाद अंदर एंटर हो गया बाई होरों पहले ही कहता कि भाई हाँ क्योंकि क्योंकि एक होर दादा जो आप देखा सी बाई दे टी शर्ट भी नहीं पाई सी बनैन के बाई इस रूम के निकलिया, आप अंदर गए हैं अंदर जाके लॉक प खलवाया गया उन्होंने जो टीचर से भी इस साइड से शायद चाह का कप लई फिर है ना, तुम दो चार मुंडे उधर लै गए हो जे जिन्हें को उत्थे बैठे से बई मैं तीन चार पाँच दिन मेरी बाइट हुई है जिन्हें दे गल की इदा का एक परसेंट भी कुछ नहीं लगे कि कोई दवाई ज किसी तरह का है ना, कहें कि ड्रग देंगे भाई ड्रग दे गए इदा की कोई तस्वीर जी देखने इस दे बाहर घूमे भाई थोड़े जो कई कहें कमेंट भी फलाना रसोई जाके देखी फलाने थे रसोई का भी कवर असं जदों जदों एंट्री की उदो ये रसोई इन्हों की कवर की है पहला स्टार्टिंग जाके अंदर एक किचन बड़ी किचन है बई अंदर किचन बनी हुई है वह भी चीज़ जी कवर की उत्थे इदा का कुछ नहीं, क्योंकि देखो आप कहने कि सैटअप लाने 10-15 मिनट लगते हैं क्योंकि आप कैमरे में जुड़े आपको पता 10-15 मिनट के सब सब कुछ हाँ है ना भी 10-15 मिनट सैट हो मान लीजिए 10-15 मिनट सैट होना, पर जो तुम अचनचेत आने तो थोड़ू एक अद्धी तस्वीर तो मिल ही सकती है, एक अद्धी तस्वीर इदा की मिल जाए। बाकी वही गल बाई हुए ना जो ठीक हो गए वो आए थे उन्होंने भी गलबात की तो इदा का कुछ यार देखने नहीं मिले नहीं मिले।